ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਹੈਗੇ ਆ ਗਲੋਬਲ ਮਿਡਾਸ ਫਾਊਂਡੇਸ਼ਨ ਸੜਦਾ ਖਿੜਦਾ ਪੰਜਾਬ ਦੀ ਸਪੈਸ਼ਲ ਸੀਰੀਜ਼ 'ਤੇ, ਜਿਹਦੇ ਵਿੱਚ ਅਸੀਂ ਖਾਲਸਾ ਐਜੂਕੇਸ਼ਨ ਸਿਸਟਮ 'ਤੇ ਵਰਕ ਕਰ ਰਹੇ ਹੈਗੇ ਹਾਂ। ਔਰ ਜਿਹਦੇ ਵਿੱਚ ਸਕੂਲ ਆਉਂਦੇ ਹੈਗੇ ਸਿੱਖ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਦਰ ਜਿਹੜੇ ਸਕੂਲ ਆਉਂਦੇ ਹੈਗੇ ਨੇ, ਸਕੂਲ ਕਾਲਜ ਇੰਸਟੀਟਿਊਟ ਵਾਰਾ ਆਉਂਦੇ ਨੇ, ਉਹਨਾਂ ਵਿੱਚ ਆਪ ਜੀ ਦਾ ਸਵਾਗਤ ਹੈਗਾ। ਮੈਂ ਅੱਜ ਆਈ ਹੈਗੀ ਹਾਂ ਗੁਰੂ ਹਰਕਿਸ਼ਨ ਪਬਲਿਕ ਸਕੂਲ ਤਿਲਕ ਨਗਰ ਦੀ ਬ੍ਰਾਂਚ ਵਿੱਚ। ਅੱਜ ਅਸੀਂ ਮਿਲ ਰਹੇ ਹੈਗੇ ਹਾਂ ਇੱਥੇ ਦੇ ਪ੍ਰਿੰਸੀਪਲ ਮੈਮ ਨੂੰ, ਅਤੇ ਆਓ ਜਾਣਦੇ ਹੈਗੇ ਹਾਂ ਉਹਨਾਂ ਤੋਂ ਕਿ ਉਹ ਸਕੂਲ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਰਹੇ ਹੈਗੇ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਆਪ ਜੀ ਦਾ ਨਾਮ? ਆਈ ਐਮ ਮਿਸਿਸ ਕੁਲਵਿੰਦਰ ਕੌਰ। ਮੈਮ ਆਪ ਜੀ ਦਾ ਬੈਕਗ੍ਰਾਊਂਡ? ਮੈਂ ਜੀ ਟੀਚਰਸ ਔਰ ਟੀਚਿੰਗ ਦੀ ਲਾਈਨ ਤੋਂ ਆਈ ਹਾਂ। ਲਾਈਕ ਇਹ ਸਾਡੀ ਪੰਜਵੀਂ ਜਨਰੇਸ਼ਨ ਹੈ ਜੋ ਮੇਰੀ ਇਹਨਾਂ ਸਕੂਲਾਂ ਨੂੰ ਸਰਵ ਕਰ ਰਹੀ ਹੈ। ਮਾਈ ਨਾਨੀ ਵਾਜ਼ ਅ ਟੀਚਰ ਇਨ ਦੀ ਸਕੂਲਸ ਐਟ ਕਰੋਲਬਾਗ ਬ੍ਰਾਂਚ, ਪਹਿਲੇ ਜੋ ਸਕੂਲ ਉੱਥੇ ਹੁੰਦਾ ਸੀ। ਮਾਈ ਮਦਰ ਵਾਜ਼ ਐਨ ਐਚ ਐਮ, ਮਾਈ ਮਾਸੀ ਵਾਜ਼ ਅ ਟੀਚਰ ਇਨ ਦੀ ਸਕੂਲਸ ਓਨਲੀ, ਦੈਨ ਆਈ ਮੀਨ my cousin was there and now I am also there, so I am working as a principal. Aur mera te keh lo ki ina schoolan naal pushtaini rishta hai ki 5 generations ho gaye assi logan nu is schoolan naal jude hoye, aur assi apne jo vi seva sanu rab valon mili hai assi us seva nu bade sujachche tarike naal te acche tarike naal nibhan di koshish kiti hai. Ma'am eh school di kadon baneya school? ਹਾਂਜੀ, ਇਹ ਸਕੂਲ ਦੀ ਨਾ ਬੜੀ ਹਿਸਟਰੀ, ਇੱਕ ਕਹਿ ਲਓ ਕਿ ਕੀ ਵਰਡ ਯੂਜ਼ ਕਰਨਾ ਚਾਹੀਦਾ ਕਿ ਹਿਸਟਰੀ ਇਜ਼ ਦੇਅਰ, ਦ ਸਕੂਲ ਹੈਜ਼ ਅ ਹਿਸਟਰੀ, ਬਿਕੋਜ਼ 1984 ਰੋਇਟਸ ਤੋਂ ਬਾਅਦ ਆਲਰੇਡੀ ਫਤਿਹਨਗਰ ਅਸਟੈਬਲਿਸ਼ਡ ਹੈਗਾ ਸੀ, ਤਾਂ 6 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਸ ਸਕੂਲ ਨੂੰ ਐਲ ਜੀ ਉਸ ਟਾਈਮ ਦੀ ਜਿਹੜੀ ਮੌਜੂਦਾ ਪ੍ਰਧਾਨ ਸੀ ਜਿਹੜੇ, ਉਹਨਾਂ ਨੇ ਇੱਕ ਰਿਕੁਐਸਟ ਪਾ ਕੇ, ਕਿ ਜਿਵੇਂ ਮੈਂ ਆਪ ਜੀ ਨੂੰ ਕਿਹਾ ਕਿ ਐਜੂਕੇਸ਼ਨ ਇਜ਼ ਦਾ ਬੈਸਟ ਰੈਮੇਡੀ ਰੋਇਟ ਵਿਕਟਮਸ ਤੋਂ ਬਾਅਦ, ਆਈ ਥਿੰਕ ਸਾਡੇ ਕੌਮ ਦਾ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਕੌਮ ਵੱਲੋਂ ਕੀਤਾ ਗਿਆ ਕਿ ਬੱਚਿਆਂ ਨੂੰ ਜਿਹਨਾਂ ਜਿਹੜੀ ਫੈਮਿਲੀਜ਼ ਰੋਇਟਸ ਵਿੱਚ ਅਫੈਕਟਿਡ ਹੋਈਆਂ ਸੀ, ਇੱਕ ਤਾਂ ਉਹਨਾਂ ਨੂੰ ਇੱਥੇ ਆਈ ਮੀਨ ਘਰ ਵਗੈਰਾ ਅਵੇਲੇਬਲ ਕਰਾਏ ਗਏ, ਤਾਂ ਉਸੇ ਤਰ੍ਹਾਂ ਨਾਲ ਸਾਡੀ ਉਸ ਟਾਈਮ ਦੇ ਮੌਜੂਦਾ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀ ਪ੍ਰਧਾਨਗੀ ਕਰ ਰਹੇ ਸੀ ਜੋ ਬਾਕੀ ਲੋਕ ਸੀ, ਉਹਨਾਂ ਨੇ ਇੱਕ ਉਪਰਾਲਾ ਕੀਤਾ ਐਲ ਜੀ ਔਰ ਗਵਰਮੈਂਟ ਨੂੰ ਲਿਖ ਕੇ ਕਿ ਇਹਨਾਂ ਬੱਚਿਆਂ ਵਾਸਤੇ ਅਸੀਂ ਇੱਕ ਸਕੂਲ ਖੋਲ੍ਹਣਾ ਚਾਹੁੰਦੇ ਹਾਂ ਜੋ ਸਪੈਸ਼ਲੀ ਇਹਨਾਂ ਬੱਚਿਆਂ ਨੂੰ ਐਜੂਕੇਸ਼ਨ ਅਵੇਲੇਬਲ ਕਰਾਏਗਾ, ਅਤੇ ਨਾਲ ਦੇ ਹੋਰ ਦੇ ਇਲਾਕੇ ਦੇ ਬੱਚਿਆਂ ਨੂੰ ਵੀ ਐਜੂਕੇਸ਼ਨ ਦਿੱਤੀ ਜਾਏਗੀ। ਤਾਂ ਵਿਦ ਦੈਟ ਯੂਨੋ ਮਿਸ਼ਨ ਕਹਿ ਲਓ, ਇਟ ਵਾਜ਼ ਅ ਮਿਸ਼ਨ ਐਂਡ ਅ ਵਿਜ਼ਨ, ਬਿਕੋਜ਼ ਵਿਜ਼ਨ ਬਹੁਤ ਜ਼ਰੂਰੀ ਹੁੰਦੀ ਹੈ ਕਿ ਦੇ ਕੁਡ ਰਿਅਲਾਈਜ਼ ਕਿ ਅਗਰ ਇਸ ਕਮਿਊਨਿਟੀ ਨੂੰ ਅਪਲਿਫਟ ਕਰਨਾ ਹੈ ਔਰ ਇਸ ਤ੍ਰਾਸਦੀ ਵਿੱਚੋਂ ਜਿਸ ਟ੍ਰੈਜਡੀ ਜੋ ਜੈਨੋਸਾਈਡ ਹੋਇਆ ਸੀ ਉਹਦੇ 'ਚੋਂ ਨਿਕਲਣਾ ਹੈ, ਉਹਦੇ ਵਾਸਤੇ ਸਾਨੂੰ ਆਪਣੇ ਬੱਚੇ ਐਜੂਕੇਟ ਕਰਨੇ ਹੋਣਗੇ, ਫਾਈਨੈਂਸ਼ਲੀ ਸਪੋਰਟ ਕਰਨੇ ਪੈਣਗੇ। ਸੋ ਵਿਦ ਦੋ ਦੈਟ ਪਰਪਸ ਦਿਸ ਸਕੂਲ ਵਾਜ਼ ਅਲੋਟਿਡ ਐਂਡ ਇਟ ਵਾਜ਼ ਅਸਟੈਬਲਿਸ਼ਡ ਐਂਡ ਦ ਸਕੂਲ ਇਜ਼ ਸਟਿਲ ਰਨਿੰਗ ਔਨ ਦ ਸੇਮ ਦਿਸ ਥਿੰਗ ਨਾ ਵਿਦ ਦ ਸੇਮ ਮਿਸ਼ਨ ਐਂਡ ਦ ਵਿਜ਼ਨ ਕਿ ਵੀ ਆਰ ਕੇਟਰਿੰਗ ਸਪੈਸ਼ਲੀ ਟੂ ਦ ਡਿਸਐਡਵਾਂਟੇਜ ਸਟੂਡੈਂਟਸ ਆਫ ਦ ਲੋਕੈਲਿਟੀ। ਮੈਮ ਸਥਾਪਕ ਕੌਣ ਨੇ ਸਕੂਲ ਦੇ? ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੀ ਜੋ ਉਸ ਟਾਈਮ ਦੇ ਮੌਜੂਦਾ ਪ੍ਰਧਾਨ ਸੀ। 1984 ਤੋਂ ਬਾਅਦ 85 ਵਿੱਚ ਜੋ ਸੀ ਉਹਨਾਂ ਨੇ ਲੈਂਡ ਅਲੋਟ ਕਰਾਈ, ਲੈਟ ਕੋਰਸਪੋਂਡੈਂਸ ਕੀਤੀ, ਐਲ ਜੀ ਕੋਲ ਲੈਟਰਸ ਗਈਆਂ ਕਿ ਇਹ ਬੜੇ ਸਾਨੂੰ ਲੈਂਡ ਅਲੋਟ ਕੀਤੀ ਜਾਏ। ਉਸ ਤੋਂ ਬਾਅਦ ਜਿਹੜੇ 1995 ਵਿੱਚ ਆਈ ਥਿੰਕ ਸਕੂਲ ਤਿਆਰ ਹੋ ਗਿਆ, ਅਸਟੈਬਲਿਸ਼ ਹੋ ਗਿਆ ਸੀ, 98 ਵਿੱਚ ਰੈਕਗਨਾਈਜ਼ ਹੋ ਗਿਆ ਸੀ, ਐਂਡ ਇਟ ਹੈਜ਼ ਬੀਨ ਕੰਟੀਨਿਊਇੰਗ ਸਿੰਸ ਦੈਨ। ਮੈਮ 2 ਈਅਰ ਆਫਟਰ ਔਰ 2 ਈਅਰ ਬਿਫੋਰ ਕੋਵਿਡ ਰਿਜ਼ਲਟ ਔਰ ਬੱਚਿਆਂ ਦਾ ਸਟਰਗਲ ਪਰਸੈਂਟੇਜ ਏਜ ਕੀ ਰਹੀ? ਮੈਮ ਦੇਖੋ, ਕੋਵਿਡ ਦੇ ਬੈਨੀਫਿਟਸ ਵੀ ਸੀ ਔਰ ਬਹੁਤ ਵੱਡੇ ਪ੍ਰੋਬਲਮਸ ਵੀ ਸਕੂਲਾਂ ਨੇ, ਬਿਕੋਜ਼ ਟੀਚਿੰਗ ਲਰਨਿੰਗ ਟੋਟਲੀ ਇੱਕ ਰੈਵੋਲੂਸ਼ਨ ਆ ਗਿਆ। ਸੋ ਵੀ ਵੈਂਟ ਹਾਈ ਟੈਕ, ਜੋ ਯੂ ਨੋ ਲਾਈਕ ਮੋਬਾਈਲਸ ਤੋਂ ਸਾਡੇ ਕੋਲ ਹੈ ਸੀ, ਵੀ ਵਰ ਮੋਸਟਲੀ ਯੂਜ਼ਿੰਗ ਮੋਬਾਈਲਸ ਓਨਲੀ ਫੋਰ ਯੂ ਨੋ ਫੇਸਬੁੱਕ, ਵਟਸਐਪ ਐਂਡ ਅਦਰ ਥਿੰਗਸ, ਬਟ ਜੋ ਇੱਕ ਰੈਵੋਲਿਊਸ਼ਨ, ਐਜੂਕੇਸ਼ਨਲ ਰੈਵੋਲਿਊਸ਼ਨ ਜੋ ਕੋਵਿਡ ਬ੍ਰੌਟ ਇਨ ਯੂ ਨੋ ਦਿਸ ਥਿੰਗ ਵਾਜ ਦੈਟ ਕਿ ਦ ਸਟੂਡੈਂਟਸ ਬਿਕੇਮ ਯੂ ਨੋ ਦੇ ਵਰ ਡਿਪੈਂਡੈਂਟ ਔਨ ਔਨਲਾਈਨ ਪਲੈਟਫਾਰਮਸ ਆਫ ਟੀਚਿੰਗ ਐਂਡ ਲਰਨਿੰਗ, ਸੋ ਇਟ ਬਿਕੇਮ ਕੰਪਲਸ਼ਨ ਬਣ ਗਈ, ਇਟ ਬਿਕੇਮ ਨਿਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ, ਤੋ ਇਟ ਵਾਜ਼ ਦੈਟ ਨਿਸੈਸਿਟੀ
ਕਿ ਅਸੀਂ ਆਪਣੇ ਸਾਨੂੰ ਇਹ ਔਨਲਾਈਨ ਟੀਚਿੰਗ ਲਰਨਿੰਗ ਪਲੇਟਫਾਰਮ ਜ਼ੂਮ ਹੋ ਗਿਆ, ਗੂਗਲ ਮੀਟ ਹੋ ਗਿਆ, ਇਹ ਸਾਰਿਆਂ ਨੂੰ ਡਾਊਨਲੋਡ ਕਰਨਾ ਪਿਆ, ਇਹਦਾ ਐਪਲੀਕੇਸ਼ਨ ਸਿੱਖਣਾ ਪਿਆ, ਐਂਡ ਟੀਚਰਸ ਐਂਡ ਸਟੂਡੈਂਟਸ ਬਿਕੇਮ ਵੈਰੀ ਟੈਕ ਸੈਵੀ। ਸੋ ਐਂਡ ਰਿਜ਼ਲਟਸ ਤੋਂ ਦੇਖੋ, ਵੈਨ ਦਾ ਰਿਟਨ ਇਗਜ਼ਾਮਸ ਸਾਡੇ ਬਹੁਤ ਘੱਟ ਹੋਏ, ਮੋਸਟਲੀ ਔਨਲਾਈਨ ਇਗਜ਼ਾਮਸ ਹੋਏ। ਸੋ ਇਨ ਅ ਵੇ ਦੇਖੋ, ਵਰਲਡ ਆਲਰੇਡੀ ਔਨਲਾਈਨ ਬਹੁਤ ਕੁਛ ਕਰ ਰਿਹਾ ਸੀ, ਵੀ ਪੀਪਲ ਵਰ ਡੂਇੰਗ ਬਟ ਨੋਟ, ਅਸੀਂ ਸਾਡੀ ਲਰਨਿੰਗ ਜਿਹੜੀ ਸੀ ਨਾ, ਇੱਕ ਟ੍ਰਡੀਸ਼ਨਲ ਕਲਾਸਰੂਮ ਵਿੱਚ ਹਾਲੇ ਥੋੜ੍ਹਾ ਰਿਸਟ੍ਰਿਕਟਿਡ ਸੀ, ਸਮਾਰਟ ਕਲਾਸਰੂਮਸ ਵਗੈਰਾ ਹੈਗੇ ਨੇ, ਬਟ ਟੋਟਲੀ ਔਨਲਾਈਨ ਜਾਣਾ ਇਟ ਵਾਜ਼ ਅ ਚੈਲੇਂਜ ਫੋਰ ਐਵਰੀਬਡੀ। ਬਟ ਜਿਵੇਂ ਕਹਿੰਦੇ, ਹਰ ਚੈਲੇਂਜ ਵਿੱਚ ਪੋਸੀਬਿਲਿਟੀਜ਼ ਹੁੰਦੀਆਂ ਨੇ, ਦੇ ਆਰ ਪ੍ਰੋਬੇਬਿਲਿਟੀਜ਼ ਆਰ ਦੇਅਰ, ਤਾਂ ਉਹ ਸਭ ਨਿਕਲ ਕੇ ਆਏ, ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਅੱਛਾ ਚੀਜ਼ ਤਾਂ ਇਹੀ ਸੀ ਕਿ ਆਲਰੇਡੀ ਬਾਕੀ ਕੋਵਿਡ ਤੋਂ ਹਰ ਕਿਸੇ ਦੇ ਫੈਮਿਲੀ 'ਚ ਇਫੈਕਟ ਕਰ ਹੀ ਰਿਹਾ ਸੀ, ਮੋਸਟਲੀ ਲੋਕ ਬਹੁਤ ਜ਼ਿਆਦਾ ਯੂਨੋ ਪਰੇਸ਼ਾਨੀਆਂ ਵਿੱਚੋਂ ਨਿਕਲੇ ਨੇ, ਫਿਜ਼ੀਕਲੀ, ਮੈਂਟਲੀ ਔਰ ਇਮੋਸ਼ਨਲੀ, ਫਾਈਨੈਂਸ਼ਲੀ ਕ੍ਰਾਈਸਿਸ ਆਇਆ ਹੈ। ਬਟ ਐਜੂਕੇਸ਼ਨ ਫੀਲਡ ਦੇ ਵਿੱਚ, ਉਹਦੇ ਵਿੱਚ ਇੱਕ ਕਹਿ ਲਓ ਕਿ ਉਹ ਕਹਿੰਦੇ ਨਾ, ਅੰਧੇਰੇ ਮੇਂ ਇੱਕ ਥੋੜ੍ਹੀ ਸੀ ਲੋ ਥੀ, ਔਰ ਉਹ ਲੋ ਇਹ ਥੀ ਕਿ ਚਲੋ ਹਮ ਟੀਚਿੰਗ ਲਰਨਿੰਗ ਪ੍ਰੋਸੈਸ ਕੇ ਅੰਦਰ ਵੀ ਬਿਕੇਮ ਐਫੀਸ਼ੀਐਂਟ ਟੂ ਐਂਡ ਵੀ ਅਡੈਪਟਿਡ ਵੈਰੀ ਕੁਇਕਲੀ ਟੂ ਦੈਟ, ਬੱਚਿਆਂ ਨੇ ਵੀ ਔਰ ਇਹਨਾਂ ਨੇ ਵੀ। ਮੈਮ, ਆਪਣਾ ਟੀਚਰ ਨੋਨ ਟੀਚਰ ਸਟਾਫ ਔਰ ਕੈਟੇਗਰੀ ਕੀ ਹੈਗਾ? ਹਾਂਜੀ, ਸਾਡੇ ਕੋਲ ਜਿਹੜਾ ਟੋਟਲ ਸਟਾਫ ਹੈਗਾ ਹੈ, ਦੈਟ ਇਜ਼ ਅਰਾਊਂਡ 71 ਹੈਗੇ ਨੇ। ਟੀਚਰਸ ਆਰ 26, ਐਡਮਿਨ 15 ਔਰ ਕਲਾਸ 4 ਦੇ ਓਵਰਆਲ ਸਾਰੇ ਮਿਲਾ ਕੇ 20। ਸੋ ਇੰਕਲੂਡਿੰਗ ਮੀ ਐਂਡ ਦ ਓਐਸ ਐਂਡ ਐਵਰੀਬਡੀ, ਵੀ ਆਰ 71 ਇਨ ਆਲ। ਮੈਮ, ਸਕੂਲ ਦੇ ਵਿੱਚ ਕੀ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਬੱਚਿਆਂ ਨੂੰ? ਦੇਖੋ ਜੀ, ਵੀ ਆਰ ਨੋਟ ਏ ਕਮਰਸ਼ੀਅਲ ਸਕੂਲ, ਪਹਿਲੀ ਗੱਲ। ਔਰ ਏਮ ਜਿਹੜਾ ਹੈਗਾ ਹੈ ਬੱਚਿਆਂ ਨੂੰ ਇੱਕ, ਬਿਕੋਜ਼ ਆਈ ਟੋਲਡ ਯੂ ਕਿ ਜਿਹੜਾ ਅਸੀਂ ਗਰੁੱਪ ਕੇਟਰ ਕਰ ਰਹੇ ਹਾਂ ਨਾ, ਉਹ ਇੱਕ ਮਿਸ਼ਨ ਦੇ ਨਾਲ ਕਰ ਰਹੇ ਹਾਂ। ਸੋ ਇਟ ਇਜ਼ ਸਾਡਾ ਇੱਥੇ ਪਰਪਸ ਬਿਲਕੁਲ ਡਿਫਰੈਂਟ ਹੈ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਐਟ ਪਾਰ ਵਿਦ ਦ ਬੈਸਟ ਸਕੂਲਸ ਔਫ ਇੰਡੀਆ ਜਾਂ ਗਲੋਬ ਕਹਿ ਲਓ, ਵਰਲਡ ਦਾ। ਉਸ ਤੋਂ ਬਾਵਜੂਦ ਸੈਕਿੰਡ ਸਾਡਾ ਮਿਸ਼ਨ ਰਿਹਾ ਕਿ ਅਸੀਂ ਇੱਕ ਹੋਮਲੀ ਹੈਪੀ ਇਨਵਾਇਰਮੈਂਟ ਦੇਣਾ ਬੱਚਿਆਂ ਨੂੰ, ਕਿਉਂਕਿ ਬੱਚਾ ਆਲਰੇਡੀ ਪ੍ਰੋਬਬਲੀ ਇਫੈਕਟਿਡ ਫੈਮਲੀਆਂ ਵਿੱਚੋਂ, ਜਾਂ ਲੈਟ ਸੇ, ਆਈ ਐਮ ਨੋਟ ਸੇਇੰਗ ਕਿ ਉਹਨਾਂ ਦੀ ਉਹ ਚੀਜ਼ ਹੈਗੀ ਹੈ ਸਾਰੇ ਬੱਚਿਆਂ ਵਿੱਚ, ਬੱਚੇ ਕਲੀਨ ਯੂਨੋ ਰੋ ਮਟੀਰੀਅਲ ਹੁੰਦਾ, ਕਲੀਨ ਸਲੇਟ ਹੁੰਦਾ, ਉਹਦੇ 'ਤੇ ਜੋ ਟੀਚਰ ਲਿਖ ਦੇਗੀ ਉਹੀ ਪੱਕਾ ਹੋ ਜਾਂਦਾ। ਸੋ ਸਾਡਾ ਇੱਕ ਕਹਿੰਦੇ, ਤੁਸੀਂ ਸਕੂਲ ਜਾ ਕੇ ਦੇਖਿਆ ਵੀ ਕਲਾਸਾਂ ਵਿੱਚ ਕਿ ਬੱਚਿਆਂ ਨੇ ਕਿੰਨਾ ਸੋਹਣਾ ਆਪਣੇ ਆਪ ਨੂੰ ਗਰੀਨਰੀ ਦੇ ਨਾਲ, ਯੂਨੋ ਦੇ ਹੈਵ ਬਿਊਟੀਫਾਈਡ ਦੇਅਰ ਕਲਾਸਿਸ, ਔਰ ਹਰ ਜਗ੍ਹਾ ਬੱਚਿਆਂ ਨੇ ਗਮਲੇ ਲਗਾਏ, ਬੱਚਿਆਂ ਨੇ ਇਹ ਚੀਜ਼ਾਂ ਸਿੱਖੀਆਂ। ਸੋ ਵਾਟ ਵੀ ਆਰ ਡੂਇੰਗ ਕਿ ਪ੍ਰੋਬਬਲੀ ਇੱਥੇ ਬਹੁਤ ਸਾਰੇ ਇਲਾਕਾ ਇੱਦਾਂ ਹੈ ਜਿੱਥੇ ਪ੍ਰੋਬਬਲੀ ਘਰਾਂ ਵਿੱਚ ਬਹੁਤ ਸਾਰਾ ਯੂਨੋ ਗਾਰਡਨਸ ਨਹੀਂ ਹੋਣਗੇ ਸ਼ਾਇਦ। ਸੋ ਇਸ ਕੰਪੈਰੇਟਿਵਲੀ ਬੱਚਾ ਜਬ ਆਉਂਦਾ ਹੈ, ਦੇਖੋ ਫੁੱਲ ਸਾਡੇ ਕਿੰਨੇ ਸੋਹਣੇ ਬਿਊਟੀਫੁੱਲ ਫਲਾਵਰਸ ਆਰ ਪਲਾਂਟਡ ਸਾਡੇ ਸਕੂਲ ਵਿੱਚ। 5 ਜਾਮੁਨ ਦੇ ਪੇੜ ਨੇ, ਨਿੰਬੂ ਦੇ ਪੇੜ ਨੇ, ਆਮਲੇ ਦਾ ਬਹੁਤ ਵੱਡਾ ਪੇੜ ਹੈ, ਬਿਗ ਹਿਊਜ ਟਰੀਜ਼ ਦੇਅਰ, ਐਂਡ ਦੈਨ ਸਾਡੇ ਕੋਲ ਆਈ ਥਿੰਕ ਮੈਡੀਸੀਨਲ ਪਲਾਂਟਸ ਬਹੁਤ ਸਾਰੇ ਨੇ। ਸੋ ਉਸ ਤਰ੍ਹਾਂ ਕਰਕੇ ਅਸੀਂ ਬੱਚਿਆਂ ਨੂੰ ਬਹੁਤ ਡਿਫਰੈਂਟ ਔਰ ਬਹੁਤ ਸੋਹਣਾ ਇਨਵਾਇਰਮੈਂਟ ਬੱਚਿਆਂ ਨੂੰ ਦਿੰਦੇ ਹਾਂ। ਐਂਡ ਮੇਨ ਏਮ ਇਜ਼ ਕਿ ਬੱਚੇ ਖੁਸ਼ ਰਹਿਣ ਇੱਥੇ ਆ ਕੇ, ਟੀਚਰਸ ਬਹੁਤ ਕੇਅਰਿੰਗ ਨੇ, ਅਤੇ ਬੱਚਿਆਂ ਨੂੰ ਇੱਕ ਪਰਿਵਾਰ ਵਾਲਾ, ਹੋਮ ਅਵੇ ਫਰੋਮ ਹੋਮ, ਦੈਟ ਇਜ਼ ਆਰ ਯੂਨੋ ਮੋਟੋ ਬਿਹਾਇੰਡ ਦਿਸ। ਔਰ ਵੈਸੇ ਸਕੂਲ ਮੋਟੋ ਤੋਂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੈ ਕਿ ਵਿੱਦਿਆ ਵਿਚਾਰੋ, ਵਿਚਾਰ ਕੇ ਲਓ, ਤਦੀ ਉਹ ਪਰਉਪਕਾਰ ਹੋਏਗੀ, ਤਦੀ ਉਹ ਤੁਹਾਡੇ ਵਾਸਤੇ ਵੀ ਉਹ ਦੂਸਰਿਆਂ ਦਾ। ਹੁਣ ਦੇਖੋ ਜਪਾਨ, ਹੀਰੋਸ਼ੀਮਾ, ਜਿਵੇਂ ਦੈਟ ਵੀ ਦੈਟ ਇਜ਼ ਆਲਸੋ ਵਿੱਦਿਆ ਨਾ, ਤਾਂ ਉਹ ਵੀ ਨੌਲੇਜ ਸੀ, ਪਰ ਉਹਦਾ ਰੈਪਰਕਸ਼ਨਸ ਕਿੰਨੇ ਭਿਆਨਕ ਹੋਏ। ਸੋ ਨੌਲੇਜ ਔਫ ਐਵਰੀ ਕਾਇੰਡ ਇਜ਼ ਨੋਟ, ਸਾਡੇ ਗੁਰੂ ਨਾਨਕ ਦੇਵ ਜੀ ਦੀ ਜੋ ਸਾਨੂੰ ਇੱਕ ਸਿੱਖਿਆ ਦਿੱਤੀ, ਜੋ ਉਹਨਾਂ ਦਾ ਸਾਨੂੰ ਉਹਨਾਂ ਦਾ ਨਾ ਦੁੱਖ ਹੈਗੀ ਉਹਨਾਂ ਦੀ ਨਾ, ਸਾਨੂੰ ਮੈਸੇਜ ਹੈ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਅਸੀਂ ਫਿਜ਼ੀਕਲੀ ਵੀ ਲੈ ਕੇ ਹਰ ਤਰ੍ਹਾਂ ਨਾਲ ਐਵਰੀ ਐਫਰਟ ਵੀ ਮੇਕ ਇਜ਼ ਕਿ ਬੱਚਿਆਂ ਨੂੰ ਬਹੁਤ ਅੱਛੀ ਔਰ ਹੋਲਿਸਟਿਕ ਐਜੂਕੇਸ਼ਨ ਦਿੱਤੀ ਜਾਏ, ਆਲਰਾਊਂਡ ਡਿਵੈਲਪਮੈਂਟ ਕੀਤਾ ਜਾਏ। ਸੋ ਬੱਚੇ ਬੇਸ਼ੱਕ ਜੋ ਮਰਜ਼ੀ ਬੈਕਗਰਾਊਂਡ ਹੋਏ, ਸੋ ਮੇਰੇ ਬੱਚੇ ਐਕਸੈਲ ਕਰਦੇ ਨੇ, ਤੁਸੀਂ ਬਾਹਰ ਪ੍ਰਾਈਜ਼ ਦੇਖੇ ਨੇ, ਜ਼ੋਨਲਸ ਵਿੱਚ ਅਸੀਂ ਬਹੁਤ ਬੱਚਿਆਂ ਨੇ ਪ੍ਰਾਈਜ਼ ਲਿਆ, ਅਸੀਂ ਸਟੇਟ ਲੈਵਲ 'ਤੇ ਵੀ ਕੰਪੀਟ ਕਰਦੇ ਹਾਂ, ਇੰਟਰ ਜ਼ੋਨਲ ਇੰਗਲਿਸ਼ ਵਿੱਚ ਡੈਕਲਮੇਸ਼ਨ ਐਂਡ ਥਿੰਕ ਰੈਸੀਟੇਸ਼ਨ ਦੋਨੋਂ ਅਸੀਂ, ਮਤਲਬ ਕਿ ਬੱਚੇ ਸਾਡੇ ਇੰਟਰ ਜ਼ੋਨ ਦਾ ਮਤਲਬ ਹੁੰਦਾ ਪੂਰਾ
ਕਿੰਨੇ ਸਾਰੇ ਜ਼ੋਨ ਹੁੰਦੇ ਨੇ, ਉਹਨਾਂ ਵਿੱਚ ਵੀ ਅਸੀਂ ਕੰਪੀਟ ਕਰਕੇ ਮਾਈ ਚਿਲਡਰਨ ਹੈਵ ਰੀਅਲੀ ਪਰਫੋਰਮਡ ਵੈਰੀ ਵੈਲ। ਸੋ ਇੰਗਲਿਸ਼ ਦੇ ਨਾਲ ਨਾਲ ਐਪਸ ਪਿੱਛੇ ਪ੍ਰਾਈਜ਼ ਤੁਸੀਂ ਦੇਖ ਰਹੇ ਹੋ, ਡਿਵਨਿਟੀ ਦੇ, ਮਿਊਜ਼ਿਕ ਦੇ, ਕੈਸ਼ ਪ੍ਰਾਈਜ਼, ਹਰ ਜਗ੍ਹਾ ਬੱਚੇ ਹਰ ਫੀਲਡ ਵਿੱਚ ਯੂ ਨੋ ਅੱਗੇ ਆਉਂਦੇ ਨੇ। ਤੋ ਇਸ ਤਰ੍ਹਾਂ ਕਿਸੇ ਤਰ੍ਹਾਂ ਘੱਟ ਨਹੀਂ ਹੈਗੇ, ਅਤੇ ਬੇਸ਼ੱਕ ਉਹਨਾਂ ਦਾ ਕੋਈ ਵੀ ਮਤਲਬ ਕਿ ਅਸੀਂ ਫੀਲ ਨਹੀਂ ਹੋਣ ਦਿੰਦੇ ਕਿ ਤੁਸੀਂ ਕਿਸੇ ਤਰ੍ਹਾਂ ਘੱਟ ਹੈਗੇ ਹੋ। ਔਰ ਬਹੁਤ ਸਾਰੇ ਬੱਚੇ ਦੇ ਆਰ ਬਿਊਟੀਫੁਲ, ਮੈਨੂੰ ਤਾਂ ਬੱਚਿਆਂ ਬਹੁਤ ਕੁਛ ਮਿਲਿਆ ਹੈਗਾ, ਬਹੁਤ ਟੈਲੈਂਟ ਹੈ, ਬਹੁਤ ਜ਼ਿਆਦਾ ਉੱਦਮ ਹੈ, ਬਹੁਤ ਉਤਸਾਹ ਹੈਗਾ। ਔਰ ਆਈ ਥਿੰਕ ਆਈ ਲਵ ਵਰਕਿੰਗ ਵਿਦ ਦੀਸ ਚਿਲਡਰਨ, ਕਿ ਇਹ ਬੱਚੇ ਬਹੁਤ ਪਿਓਰ ਫੋਰਮ ਦੇ ਨੇ, ਹੈ ਨਾ। ਬਾਕੀ ਸਕੂਲਾਂ ਵਾਲੀ ਪ੍ਰੋਬਲਮਸ ਨਹੀਂ ਹੈਗੀ ਕਿ ਇਹ ਬੱਚੇ ਵਿਗੜੇ ਹੋਣ, ਇੱਦਾਂ ਹੋ, ਨੋਰਮਲ ਜਿਵੇਂ ਹੈ, ਥੋੜ੍ਹੀ ਜਿਹੀ ਪ੍ਰੋਬਲਮਸ ਥੋੜ੍ਹੀ ਬਹੁਤ ਹਰ ਸਕੂਲ ਵਿੱਚ ਹੁੰਦੀਆਂ ਨੇ, ਬਟ ਨੋਟ ਬੇਸਿਕਲੀ ਕਿ ਬੱਚੇ ਸਾਡੇ ਓਬੀਡੀਅੰਟ ਨੇ। ਸਾਡੇ ਹੁਣ ਇਹ ਹੋਲੀ ਹੋਈ ਸੀ, ਕਿਸੇ ਬੱਚੇ ਨੇ ਇੱਕ ਡਰੋਪ ਵੀ ਕਹਿ ਲਓ ਕਿ ਨਾ ਇੱਕ ਗੁਬਾਰਾ ਜਾਂ ਕੁਛ ਕੁਛ ਵੀ ਨਹੀਂ ਇੱਦਾਂ ਦੀ ਪ੍ਰੋਬਲਮ ਆਈ, ਕਿ ਸੋ ਵੀ ਕੈਨ ਯੂ ਨੋ ਦੇ ਆਰ ਈਜ਼ਲੀ ਕੰਟਰੋਲ, ਉਹਨਾਂ ਨੂੰ ਕੰਟਰੋਲ ਵੀ ਕਰ ਸਕਦੇ ਹਾਂ, ਉਹਨਾਂ ਨੂੰ ਉਹ ਸਿੱਖਣ ਦੀ ਇੱਕ ਇੱਛਾ ਰੱਖਦੇ ਆ, ਕੁਝ ਬਣਨਾ ਚਾਹੁੰਦੇ ਨੇ। ਮੈਮ, ਸਿੱਖ ਮੈਨਿਓਰਟੀ ਐਂਡ ਸਕੋਲਰਸ਼ਿਪਸ ਦੇ ਕੀ ਬੈਨੀਫਿਟਸ ਨੇ ਬੱਚਿਆਂ ਨੂੰ ਸਕੂਲ ਦੇ ਵਿੱਚ ਆਪਣੇ? ਹਾਂਜੀ, ਦੇਖੋ, ਬਿਕੋਜ਼ ਆਈ ਵੀ ਗੋਟ ਦਿਸ ਮਾਈਨੋਰਟੀ ਸਟੇਟਸ ਇਨ 2014, ਸਾਡੇ ਸਕੂਲ ਨੂੰ ਲਿਆ ਸੀ, ਐਂਡ ਉਸ ਤੋਂ ਬਾਅਦ ਮਾਈਨੋਰਟੀ ਜਿਹੜਾ ਹੈਗਾ ਉਹਦੇ ਬੈਨੀਫਿਟਸ ਤਾਂ ਕਾਫੀ ਸਾਰੇ ਨੇ, ਕਿ ਅਸੀਂ ਆਪਣੇ ਕੌਮ ਦੇ ਬੱਚਿਆਂ ਨੂੰ ਐਡਮਿਸ਼ਨ ਦੇ ਸਕਦੇ ਹਾਂ, ਔਰ ਜਿਹੜੇ ਮਾਈਨੋਰਟੀ ਸਕੀਮਸ ਨੇ ਜੋ ਗਵਰਨਮੈਂਟ ਦੀਆਂ ਨੇ ਉਹ ਵੀ ਅਸੀਂ ਬੱਚਿਆਂ ਨੂੰ ਅਵੇਲ ਕਰਦੇ ਹਾਂ। ਔਰ ਇਹ ਸਕੂਲ ਜਿਹੜਾ ਹੈਗਾ ਸੈਂਟਰ ਆਫ ਦਿਸ ਥਿੰਗ ਸੀ, ਯੂ ਨੋ, ਫੋਰ ਮਾਈਨੋਰਟੀ ਐਕਸਲੈਂਸ, ਕਿ ਅਸੀਂ ਸਾਰੇ ਟੀਮ ਬੱਚਿਆਂ ਨੂੰ ਲਿਖਣ ਕਿੱਦਾਂ ਕਰਨਾ ਹੈ। ਪਹਿਲੇ ਤਾਂ ਇੰਨੀ ਅਵੇਅਰਨੈਸ ਹੈ ਨਹੀਂ ਸੀ, ਸੋ ਇਸ ਸਕੂਲ ਨੇ ਕਾਫੀ ਅਵੇਅਰਨੈਸ ਕ੍ਰੀਏਟ ਕੀਤੀ ਹੈ ਇਸ ਬਾਰੇ, ਕਿ ਵੀ ਕਿੱਦਾਂ ਕਿੱਦਾਂ ਅਸੀਂ ਮਾਈਨੋਰਟੀ ਦੇ ਫੋਰਮਸ ਭਰ ਸਕਦੇ ਹਾਂ, ਔਰ ਕਿੱਦਾਂ ਲਾਈਕ ਯੂ ਨੋ ਅਸੀਂ ਬੈਨੀਫਿਟਸ ਬੱਚਿਆਂ ਨੂੰ ਦਵਾ ਸਕਦੇ ਹਾਂ। ਅਤੇ ਮੋਸਟਲੀ ਜਿਹੜਾ ਹੈਗਾ ਕਿ ਬੱਚੇ ਦੇ ਅਗਰ 50% ਮਾਰਕਸ ਹੋਣ ਔਰ 70% ਅਟੈਂਡੈਂਸ ਹੋਏ ਤਾਂ ਉਹ ਮਾਈਨੋਰਟੀ ਦਾ ਫੋਰਮ ਭਰ ਸਕਦਾ ਹੈ। ਅਤੇ ਉਹਦਾ ਕੀ ਹੈ ਕਿ ਬੱਚੇ ਨੂੰ ਟਿਊਸ਼ਨ ਫੀ ਰੀਇੰਬਰਸਮੈਂਟ ਆ ਜਾਂਦੀ ਹੈ, ਸੋ ਪੇਰੈਂਟ ਪਹਿਲੇ ਫੀਸ ਭਰਦਾ, ਉਸ ਤੋਂ ਬਾਅਦ ਉਹਦੇ ਭਰਨ ਤੋਂ ਬਾਅਦ ਉਹਨੇ ਜਿੰਨੇ ਫੀਸ ਪੈਸੇ ਦੇ ਦਿੱਤੇ ਜਾਂਦੇ ਨੇ ਉਹਦੇ ਹਿਸਾਬ ਨਾਲ ਮਾਈਨੋਰਟੀ ਜਿਹੜੀ ਸਰਕਾਰ ਹੁੰਦੀ ਉਹਨਾਂ ਦੇ ਬੈਂਕ ਦੇ ਵਿੱਚ ਹੀ ਪੈਸਾ ਆਉਂਦਾ, ਸਕੂਲ ਨੂੰ ਨਹੀਂ ਆਉਂਦਾ। ਪੇਰੈਂਟ ਹੈਜ਼ ਟੂ ਪਹਿਲੇ ਫੀ ਭਰਨੀ ਪੈਂਦੀ ਹੈ, ਫੀਸ ਭਰਨ ਤੋਂ ਬਾਅਦ ਉਹ ਮਾਈਨੋਰਟੀ ਅਪਲਾਈ ਕਰਦੇ ਨੇ। ਉਹਨਾਂ ਕੋਲ ਇਨਕਮ ਸਰਟੀਫਿਕੇਟ ਹੋਣਾ ਚਾਹੀਦਾ ਪ੍ਰੋਪਰ ਕਰੰਟ ਵਾਲਾ, ਐਂਡ ਇਹ ਪਰਸੈਂਟੇਜ ਮੈਂ ਦੱਸੀ ਮਾਜੇ ਯੂਨੋ 70% ਮਾਰਕਸ ਅਟੈਂਡੈਂਸ ਹੋਣੀ ਚਾਹੀਦੀ, 50% ਮਾਰਕਸ ਐਟਲੀਸਟ ਹੋਣੇ ਚਾਹੀਦੇ ਨੇ, ਦੈਨ ਬਿਕੋਜ਼ ਦਿਸ ਇਜ਼ ਅ ਸਕੋਲਰਸ਼ਿਪ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਜੋ ਇੰਨੀ ਹੈਲਪ ਹੋ ਜਾਏ ਮਿਲ ਜਾਏ, ਠੀਕ ਹੁੰਦਾ। ਮੈਮ, ਤੁਸੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੰਗਤ ਨੂੰ ਜੀ ਮੇਰਾ ਮੈਸੇਜ ਤਾਂ ਇਹੀ ਹੈ ਕਿ ਆਪਣੇ ਘਰ ਵਿੱਚ, ਹੈ ਨਾ, ਅਗਰ ਪੜ੍ਹਾਈ ਮਿਲ ਜਾਏ ਸਾਨੂੰ ਦੂਸਰੇ ਅਧਾਰਿਆਂ 'ਚ ਜਾ ਕੇ ਉਹਨਾਂ ਦੇ ਹਿਸਾਬ ਨਾਲ, ਦੇਖੋ ਆਪਣਾ ਕਲਚਰ ਸੇਵ ਕਰਨਾ ਸਾਡਾ ਹਰ ਮਾਂ ਬਾਪ ਦਾ ਏਮ ਹੁੰਦਾ, ਐਂਡ ਵੀ ਆਰ ਅ ਯੂਨੋ ਸਾਡਾ ਜੋ ਸਿੱਖੀ ਦਾ ਕਲਚਰ ਆ ਦੁਨੀਆ ਅਡੋਪਟ ਕਰ ਰਹੀ ਹੈ। ਅਸੀਂ ਬੇਸ਼ੱਕ ਭੁੱਲਣ ਲੱਗ ਪਏ ਹੋਵੇ, ਬਟ ਆਈ ਥਿੰਕ ਵਰਲਡ ਓਵਰ ਪੰਜਾਬੀ ਔਰ ਪੰਜਾਬੀਅਤ ਔਰ ਸਿੱਖੀ ਔਰ ਸਾਡੇ ਧਰਮ ਨੂੰ, ਸਾਡੇ ਗੁਰਦੁਆਰਿਆਂ ਨੂੰ, ਹਰ ਚੀਜ਼ ਦੀ ਜੋ ਅਵੇਅਰਨੈਸ ਬਾਰ ਕ੍ਰੀਏਟ ਹੋਈ ਹੈ ਉਹ ਇੱਕ ਸਾਡੇ ਵਾਸਤੇ ਮਾਣ ਦੀ ਗੱਲ ਹੈਗੀ ਹੈ। ਹੁਣ ਆਏ ਦੇਖੋ, ਇਹ ਜਦ ਔਨਲਾਈਨ ਹੋਇਆ, ਅਸੀਂ ਬਹੁਤ ਸਾਰੇ ਔਨਲਾਈਨ ਇੰਟਰਨੈਸ਼ਨਲ ਈਵੈਂਟਸ ਮੈਂ ਬੱਚਿਆਂ ਨੂੰ ਓਪਰਚੁਨਿਟੀ ਦਿੱਤੀ ਕਿ ਅਸੀਂ ਆਈ ਰਜਿਸਟਰਡ ਫੋਰ ਦੈਮ, ਔਰ ਬੱਚਿਆਂ ਨੇ ਬੜੇ ਉਤਸਾਹ ਨਾਲ ਉਹਨਾਂ ਈਵੈਂਟਸ ਨੂੰ ਅਟੈਂਡ ਕੀਤਾ। ਆਈ ਟੈਲ ਯੂ ਇਗਜ਼ੈਂਪਲ, ਇੱਕ ਬੱਚਾ ਸਾਡਾ ਸਰਦਾਰ ਬੱਚਾ ਸੀ, ਅਤੇ ਇੰਡੋਨੇਸ਼ੀਆ ਦੇ ਨਾਲ ਸਾਡਾ ਚੱਲ ਰਿਹਾ ਸੀ, ਐਂਡ ਇੰਡੋਨੇਸ਼ੀਆ ਮਤਲਬ ਕਿ ਬਹੁਤ ਸਾਰੀ ਕੰਟਰੀ ਸੀ, ਟਰਕੀ ਸੀ, ਮੈਕਸੀਕੋ ਸੀ, ਬ੍ਰਾਜ਼ੀਲ ਸੀ, ਇੰਡੋਨੇਸ਼ੀਆ ਸੀ, ਸੋ ਆਲ ਸਟੂਡੈਂਟਸ ਵਰ ਦੇਅਰ। ਤੂੰ ਨਾ ਬੱਚਿਆਂ ਦੇ ਨਾਲ ਨੂੰ ਇੰਗਲਿਸ਼ 'ਤੇ ਕੋਈ ਨਾ ਕੋਈ ਪ੍ਰੋਜੈਕਟ ਟੋਪਿਕ ਦੇ ਉੱਤੇ ਦੀਸ ਚਿਲਡਰਨ ਯੂਜ਼ ਟੂ ਪਾਰਟੀਸਪੇਟ, ਆਪਣੀ PPT ਪ੍ਰੈਜੈਂਟ ਕਰਨੀ, ਐਂਡ ਆਲ, ਉਹਨਾਂ ਨਾਲ ਕੋਨਫੀਡੈਂਸ ਬੱਚਿਆਂ ਨੂੰ ਬਹੁਤ ਆਇਆ। ਸੋ ਜੋ ਇਹ ਹੈਗੇ ਸੀ ਦੈਟ ਬੋਏ, ਅਤੇ ਉਹ ਸਦਾ ਪਗੜੀ ਪਾ ਕੇ ਬੈਠਾ ਸੀ ਬੱਚਾ, ਤੋ ਇੰਡੋਨੇਸ਼ੀਆ ਦਾ ਟੀਚਰ ਸੀ, ਹੀ ਆਸਕਡ ਮੀ ਕਿ ਵਾਈ ਇਜ਼ ਹੀ ਵੇਅਰਿੰਗ ਦਿਸ, ਯੂ ਨੋ, ਐਂਡ ਦੈਨ ਵਾਟ ਇਜ਼ ਇਟ, ਕਿ ਫਿਰ ਅਸੀਂ ਇੱਕ ਟੋਪਿਕ ਸਪੈਸ਼ਲੀ ਬੱਚਿਆਂ ਨੇ ਆਪਣੇ ਆਪਣਾ ਕਲਚਰ ਬਾਰੇ ਰੱਖਿਆ, ਰਿਲੀਜਨ ਬਾਰੇ ਦੱਸਿਆ, ਐਂਡ ਇੰਨੇ ਇੰਟਰਸਟ ਨਾਲ ਉਹਨਾਂ ਨੇ ਸੁਣਿਆ, ਕਹਿੰਦੇ ਕਿ ਦਿਸ ਇਜ਼, ਉਹਨੇ ਕੋਈ ਸਿੱਖ ਦੇਖਿਆ ਨਹੀਂ ਸੀ ਹੁਣ ਤੱਕ, ਹੀ ਵਾਜ਼ ਨੋਟ ਅਵੇਅਰ ਕਿ ਵਾਟ ਦਾ ਟਰਬਨ ਇਜ਼। ਸੋ ਵੀ ਟੋਲਡ ਦੈਮ ਕਿ ਵਾਟ ਇਜ਼ ਦਾ ਇੰਪੋਰਟੈਂਸ ਆਫ ਟਰਬਨ, ਔਰ ਸਾਡੀ ਤਾਂ ਇੱਕ ਇੰਨੀ ਬਿਊਟੀਫੁਲ ਕਹਿ ਲਓ ਸਾਡੀ ਹਰ ਤਰ੍ਹਾਂ ਨਾਲ ਇਹਦੀ, ਦੇਖੋ ਧਾਰਮਿਕ ਮਨ ਜਿਹੜੀ ਮਰਿਆਦਾ ਔਰ ਜੋ ਉਹਦੀ ਕਹਿ ਲਓ
एक रिस्पेक्ट है, वो चीज़ तो है ही है। एस्थेटिकली ऑल्सो यू नो वी आर साड़ी जो साड़ी ड्रेस है, जो साड़ी लैंग्वेज है, साड़े सॉन्ग म्यूजिक है, साड़ा कल्चर है, बड़ा वाइब्रेंट है, बहुत वाइब्रेंट है, बहुत कलरफुल है, बहुत ब्यूटीफुल है। सो अपने उस लैंग्वेज नूं फॉलो करना आई थिंक बड़ी अच्छी गल है। और बनने लोग जड़े ने हरियाणा वाले भी कॉपी करन लग पे हुंदे पंजाबी सॉन्ग्स नूं, है ना। सो एवरीबडी इज़ ट्राइंग टू कॉपी। सो इंग्लिश ते किन्ने ही साढ़े जो रैप्स वाले ने, दे आर जस्ट यू नो इंटीग्रेटिड इन टू दिस थिंग कि साडा सिख जड़ा है पंजाबी किधरे भी किसी तो घट नहीं हैगा। तो उन्हां दी अपनी एक शान है, एक मान है, एक उन्हां दा ईमान भी है, सब कुछ है। सो लेट्स बी प्राउड ऑफ आवर कल्चर। और यह कल्चर कितों डिवेलप होएगा, ग्रास रूट तो। थैंक यू मैम, बहुत वधिया लग्या आप जी नूं मिलके। आप बहुत अच्छे तरीके नाल स्कूल नूं हैंडल कर रहे हैगे हो। सत श्री अकाल मैम। हेलो बेटा। हेलो मैम। हाउ आर यू? आई एम फाइन। योर नेम? रिदम कौर। आप कौन से स्कूल में पढ़ते हो? गुरु हरि कृष्ण पब्लिक स्कूल। कौन सी ब्रांच है आपके स्कूल की? तिलक नगर। और कौन सी क्लास में हो आप? सेकेंड ए। सेकेंड में। आपको टीचर्स कैसा पढ़ाती हैं यहाँ पर? बहुत अच्छा। बहुत अच्छा पढ़ाती हैं। थैंक यू। गुड मॉर्निंग मैम। क्या नाम है आपका बेटा? कमल ज्योत कौर। कमल ज्योत कौर। अच्छा जी, कमल हो आप। कौन सी क्लास में पढ़ते हो बेटा? मैम सेकेंड ए। सेकेंड में। कौन से स्कूल में? मैम गुरु हरि कृष्ण पब्लिक स्कूल। आपको मैम कैसा पढ़ाती हैं यहाँ पर? मैम बहुत अच्छा। स्कूल आना अच्छा लगता है आपको? यस मैम।
गुड मॉर्निंग मैम। गुड मॉर्निंग बेटा। माय नेम इज़ जपजीत सिंह फ्रॉम क्लास 3A। वी यूज टू स्टडी ऑनलाइन ड्यूरिंग कोविड। नाउ वी हैव हैप्पी टू कम टू स्कूल बिकॉज वी शेयर थिंग्स विद आवर फ्रेंड्स। After COVID, we are able to meet our teachers and learn with them face to face. Thank you, Vita. Thanks. School में teacher आपको कैसा पढ़ाते हैं? मैम बहुत अच्छा। बहुत अच्छा पढ़ाती हैं। बहुत अच्छा। मैम बहुत अच्छा पढ़ाती हैं। और मैम आपको कैसा पढ़ाती हैं? बहुत अच्छा। सत श्री अकाल बेटा। सत श्री अकाल मैम। आप जी का नाम? अर्शप्रीत। अर्शप्रीत कौर। कौन से स्कूल में पढ़ते हो बेटा? गुरु हरकृष्ण पब्लिक स्कूल। कौन सी ब्रांच है आप? तिलक नगर। तिलक नगर। कौन सी क्लास में हो आप? इलेवेंथ। इलेवेंथ में। कितना टाइम हो गया बेटा आपको यहाँ पर? फोर ईयर्स। फोर टू फाइव ईयर्स। सेवेंथ से। टीचर्स का कितना सपोर्ट है स्टडी में? वेरी मच। स्कूल कैसा है आपका? इट्स क्वाइट गुड। आई मीन एवरीथिंग इज क्वाइट गुड। टीचर्स का कितना सपोर्ट रहता है स्टडी में? वेरी मच। स्कूल में आपको क्या क्या फैसिलिटी मिलती हैं? टीचर्स का सपोर्ट मिलता है एंड स्पोर्ट्स, अलग अलग एक्टिविटीज़ वगैरह सब है यहाँ पे। काफ़ी ज़्यादा। स्कूल में क्या क्या फैसिलिटी मिलती हैं? प्लेग्राउंड है, स्पोर्ट्स एक्टिविटी है और भी बहुत कुछ। टीचर्स बहुत ज़्यादा सपोर्ट करते हैं और एग्ज़ाम्स टाइम में भी जब हमें एक्स्ट्रा क्लासेस की नीड होती है तब वो एक्स्ट्रा क्लासेस भी देते हैं हमें। स्कूल कैसा लगता है आपको? स्कूल बहुत अच्छा लगता है। और क्या क्या फैसिलिटी मिलती हैं यहाँ पर? कल्चरल एक्टिविटीज़ भी होती है और आर्ट एक्टिविटीज़ भी होती है और जो अलग अलग क्लासेज है उनको अलग अलग कैटेगरी के हिसाब से एक्टिविटीज़ कराई जाती हैं। जैसे पहले हमारे वीकली एक्टिविटीज़ भी होती थी लाइक मील प्लानिंग एक्सेट्रा। और यहाँ पे टीचर्स कितना सपोर्ट करते हैं आपको? बहुत सपोर्ट है, जब भी नीड होती है द सपोर्ट एस, बहुत सपोर्टिव है। और आपको यहाँ पर क्या क्या फैसिलिटी मिल रही है स्कूल के? को करिकुलर एक्टिविटीज़ हैं और जैसे जैसे एक बच्चे का मन होता है उस हिसाब से टीचर्स सपोर्ट करती हैं और वो एक्टिविटीज़ करवाई जाती हैं, इनरोल कर सकते हैं बच्चे। कोविड के टाइम में किस तरीके से टीचर ने आपको सपोर्ट किया? कोविड के टाइम पे जब ऑनलाइन हो गया था सब चीज़ें तो टीचर्स बहुत ज़्यादा सपोर्टिव थी, लाइक क्लासेस टाइम टू टाइम हमारे टाइम से एडजस्ट करना और कोई डाउट हो तो उसे क्लियर करना, हर चीज़ में द सपोर्ट अस। आपको यहाँ पर कैसा लगता है आना स्कूल में? बहुत चंगा लगता है मैनू स्कूल विच आना, मतलब डेली रेडी हो के मतलब रूटीन नाल आना, मतलब बहुत अच्छा लगता है। टीचर कितना सपोर्ट कर दिए थानू? बहुत सपोर्ट करते हैं टीचर्स, कुछ मतलब डाउट होंगे एग्जाम्स के टाइम विच तो साड़ी बहुत हेल्प करते हैं, मतलब कभी भी इग्नोर नहीं करते सानू, हमेशा मदद करते हैं साड़ी। स्कूल तो बड़ी फैसिलिटियाँ ने, पहली गल गेमिंग्स के लिए फंक्शनल होंगे ने, ट्रेडिशनल कोई फेस्टिवल आ रहा है उसके लिए अलग तो अरेंज करते हैं, एजुकेशनल सर्विस इन्हें दिखाई बहुत अच्छी, सब टीचर सपोर्ट करते हैं। ईवन मैं 10th अंदर जसबीर सर का नाम लेना चाहवागा, मैं उन्होंने वजह न मेरे 92% आई इन साइंस 10th अंदर, और एक मैम नाम लेना चाहवागा गगनदीप मैम का, उन्होंने वजह न मेरे मैथ्स बड़े चंगे मार्क्स आए, तो सब टीचर बहुत सपोर्टिव, हर टाइम उन्होंने सपोर्ट किया है, जिम्मे ऑनलाइन क्लास से ईवन उन्होंने स्पेशल क्लासेस लीतियां ने बच्चों के लिए कि बच्चों को कोई दिक्कत ना हो, ईवन की होया 6 बजे तो बाद उन्होंने क्लास क्रिएट की है डाउट क्लास, तो हर तरह की फैसिलिटी स्कूल वाले ने अरेंज कराई है बच्चों के लिए। फैसिलिटीज़ है मैम लाइक म्यूज़िक वगैरह मैम, वीकली स्पोर्ट्स पीरियड्स भी लगते हैं और मैम काफ़ी कॉम्पिटिशन्स वगैरह में भी लेके जाते हैं। तो आपने यही स्कूल क्यों चुना? क्योंकि मैम एक तो नियर बाय था, ऊपर से मैम काफ़ी सुनने को भी मिला कि स्कूल बहुत अच्छा है, तो मैम इसलिए। कोविड के टाइम में आपको क्या क्या फैसिलिटी मिली? मैम फैसिलिटीज़ मैम ये है कि टीचर की अवेलेबिलिटी हर टाइम रहती थी, टीचर्स कहती थी आप कभी भी डाउट वगैरह पूछ सकते हैं। स्पोर्ट्स फैसिलिटी और एजुकेशन फैसिलिटी है और नए कीर्तन वगैरह और कैंटीन वगैरह फैसिलिटी मिल रही है। किस तरह मैम सपोर्ट करते हैं तुम्हें पढ़ाने च? मैम काफ़ी वधिया सपोर्ट करते हैं, मतलब हर टाइम डाउट लैक्चर्स होंगे ने, एक्स्ट्रा क्लासेस, काफ़ी चीज़ें सारे हर चीज़ से सपोर्ट करती है मैम। तुम कितने टाइम तो इतने स्कूल? मैं प्री नर्सरी तो इतने।
ਇਹ ਸਕੂਲ ਕਿਉਂ ਚੁਣਿਆ? ਕਾਫੀ ਅੱਛੇ ਫੀਡਬੈਕ ਸੀ ਇਸ ਸਕੂਲ ਦੇ, ਮਤਲਬ ਕਾਫੀ ਅੱਛਾ ਰਿਜ਼ਲਟ ਵੀ ਸੀ ਇਸ ਲਈ। ਕੋਵਿਡ ਦੇ ਟਾਈਮ ਕੀ ਫੈਸਿਲਿਟੀਆਂ ਮਿਲੀਆਂ ਟੀਚਰਸ ਤੋਂ? ਕੋਵਿਡ ਦੇ ਟਾਈਮ ਹਮੇਸ਼ਾ ਐਕਸਟਰਾ ਕਲਾਸਿਸ ਹੋਈ, ਟੀਚਰਸ ਨੇ ਹਮੇਸ਼ਾ ਕਿਹਾ ਕਿ ਕੋਈ ਡਾਊਟ ਹੈ ਤਾਂ ਕਿਸੇ ਵੀ ਟਾਈਮ ਤੁਸੀਂ ਮੈਸੇਜ ਕਰ ਸਕਦੇ ਹੋ, ਪੁੱਛ ਸਕਦੇ ਹੋ। ਪੇਪਰ ਦੇ ਟਾਈਮ ਕਾਫੀ ਹੈਲਪ ਕੀਤੀ ਉਹਨਾਂ ਨੇ। ਮੈਮ ਬਹੁਤ ਅੱਛਾ ਸਪੋਰਟ ਕਰਦੇ ਆ ਮੈਮ, ਅਗਰ ਕੋਈ ਪ੍ਰੋਬਲਮ ਹੋ ਤਾਂ ਦੇ ਆਰ ਦੇ ਫੋਰ ਅਸ, ਦੇ ਆਲਵੇਜ ਹੈਲਪ ਅਸ ਇਨ ਆਰ ਸਟੱਡੀਜ਼, ਵਟ ਐਵਰ ਇਟ ਇਜ਼, ਵੀ ਇਫ ਵੀ ਆਰ ਫੇਸਿੰਗ ਐਨੀ ਪ੍ਰੋਬਲਮ ਦੇ ਸਪੋਰਟ ਅਸ ਇਨ ਐਵਰੀਥਿੰਗ। ਆਪਣੇ ਇਹ ਸਕੂਲ ਕਿਉਂ ਚੁਣਿਆ? ਮੈਮ ਇਟ ਵਾਸ ਨੀਅਰ ਬਾਏ ਮਾਈ ਹਾਊਸ ਸੋ ਆਈ ਚੋਜ਼ ਦਿਸ ਸਕੂਲ। ਟੀਚਰਸ ਕਿੰਨਾ ਸਪੋਰਟ ਕਰ ਰਹੇ ਹੈ ਆਪਕੋ? ਦੇ ਆਰ ਸਪੋਰਟਿੰਗ ਮੀ ਵੈਰੀ ਵੈਲ, ਸਪੈਸ਼ਲੀ ਪ੍ਰਵਲੀਨ ਮੈਮ, ਸ਼ੀ ਵਾਸ ਵਿਦ ਮੀ ਵਿਦ ਦ ਵੈਰੀ ਸਟਾਰਟਿੰਗ, ਸ਼ੀ ਇਜ਼ ਵੈਰੀ ਹੈਲਪਫੁਲ ਫੋਰ ਮੀ। ਥੈਂਕ ਯੂ ਸੋ ਮਚ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਆਪ ਜੀ ਦਾ? ਪਵਨੀਤ ਕੌਰ। ਪਵਨੀਤ ਜੀ ਕਿਹੜੀ ਕਲਾਸ 'ਚੋਂ? 11th ਵਿੱਚ। ਸਕੂਲ ਦਾ ਨਾਮ? GHPS ਤਿਲਕ ਨਗਰ। ਕਿੰਨੇ ਟਾਈਮ ਤੋਂ ਹੋ ਤੁਸੀਂ ਬੇਟਾ ਇੱਥੇ? ਮੈਨੂੰ 1 ਸਾਲ ਹੋ ਗਿਆ। ਇਹ ਵਾਲਾ ਸਕੂਲ ਕਿਉਂ ਚੁਣਿਆ ਤੁਸੀਂ? ਕਿਉਂਕਿ ਇਹ ਸਿੱਖ ਤੋਂ ਸਿੱਖ ਰਿਲੀਜਨ ਤੋਂ ਰਿਲੇਟ ਕਰਦਾ, ਤਾਂ ਮੈਂ ਸਿੱਖਣਾ ਚਾਹੁੰਦੀ ਸੀ ਸਕੂਲ ਤੋਂ ਰਿਲੀਜਨ ਦੇ ਬਾਰੇ ਕਾਫੀ ਕੁਛ। ਤਾਂ ਮੈਂ ਵੈਸੇ ਤੁਸੀਂ ਪਹਿਲੇ ਕਿਹੜੇ ਸਕੂਲ 'ਚ ਸੀ? ਪਹਿਲੇ ਮੈਂ MRV ਪਬਲਿਕ ਸਕੂਲ ਵਿੱਚ ਸੀਗਾ ਜੋ ਹਿੰਦੂਇਜ਼ਮ ਤੋਂ ਬਿਲੋਂਗ ਕਰਦਾ ਸੀ। ਅਤੇ ਤੁਸੀਂ ਪੰਜਾਬੀ ਵਾਸਤੇ ਹੀ ਇਹ ਸਕੂਲ ਚੁਣਿਆ ਸਿੱਖਣ ਵਾਸਤੇ? ਯੈਸ ਮੈਮ, ਇੱਥੇ ਪਾਠ ਪੂਜਾ ਸਭ ਹੁੰਦਾ ਸਵੇਰੇ, ਅਤੇ ਉਹ ਸਿੱਖਣ ਵਾਸਤੇ ਸਭ ਕੁਛ ਮੇਰੇ ਦਾਦੂ ਜੀ ਨੇ ਮੈਨੂੰ ਰੈਕਮੈਂਡ ਕੀਤਾ ਸੀ। ਸਿੱਖ ਰਿਲੀਜਨ ਦੇ ਕਰਕੇ ਇੱਥੇ ਸਾਨੂੰ ਬਹੁਤ ਕੋਈ ਐਕਟੀਵਿਟੀਜ਼ ਸਿਖਾਉਂਦੇ ਨੇ, ਔਰ ਟੀਚਰਸ ਦੇ ਕਰਕੇ ਮੇਨ, ਕਿ ਟੀਚਰਸ ਬਹੁਤ ਅੱਛੇ ਨੇ ਇੱਧਰ ਦੇ, ਇਸ ਲਈ। ਕੀ ਫੈਸਿਲਿਟੀਆਂ ਦੇ ਰਹੇ ਆ ਸਕੂਲ ਵਿੱਚ ਆਪ ਜੀ ਨੂੰ? ਜਿਵੇਂ ਕੋਈ ਡਾਊਟ ਕਲਾਸਿਸ ਚਾਹੀਦੀ ਹੈ ਉਹਦੇ ਲਈ ਡਾਊਟ ਮੈਮ ਕਲੀਅਰ ਕਰਨਗੇ, ਅਗਰ ਕੋਈ ਹੈਲਪ ਚਾਹੀਦੀ ਹੈ ਬੱਚੇ ਨੂੰ ਰਿਲੇਟਡ, ਮਤਲਬ ਮਾਈਂਡ ਤੋਂ ਰਿਲੇਟਡ ਵੀ ਚਾਹੀਦੀ ਹੈ, ਅਗਰ ਸ਼ਰੀਰ ਓਵਰ ਵੀ ਹੋਏ ਨਾ ਤਾਂ ਵੀ ਉਹਦੇ ਹੈਲਪ ਕਰਦੇ ਨੇ ਟੀਚਰਸ ਵਗੈਰਾ। ਅਤੇ ਬੱਚੇ ਆਪ ਇੱਥੇ ਕਿੰਨੇ ਟਾਈਮ ਤੋਂ? 8 ਸਾਲ ਤੋਂ। 8 ਸਾਲ ਤੋਂ। ਔਰ ਆਪ ਜੀ ਨੂੰ ਕੋਵਿਡ ਤੋਂ ਪਹਿਲੇ ਔਰ ਕੋਵਿਡ ਤੋਂ ਬਾਅਦ ਟੀਚਰਸ ਦਾ ਕਿੰਨਾ ਸਪੋਰਟ ਰਿਹਾ? ਬਹੁਤ ਰਿਹਾ ਜੀ, ਉਹਨਾਂ ਨੇ ਜਿਵੇਂ ਸਾਨੂੰ ਹੁਣ ਬੇਸ ਜਿਹੜਾ ਖਰਾਬ ਹੋ ਗਿਆ ਸੀ ਕੋਵਿਡ ਕਰਕੇ, ਉਹਨਾਂ ਨੇ ਸਾਨੂੰ ਕੋਵਿਡ ਆਉਣ ਤੋਂ ਬਾਅਦ ਜਿਵੇਂ ਅਸੀਂ ਸਕੂਲ ਆਏ ਹਾਂ ਉਸ ਤੋਂ ਵਿੱਚ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ, ਐਕਸਟਰਾ ਕਲਾਸਿਸ ਲਿੱਤੀ, ਟੈਸਟ ਲਿੱਤੇ, ਤਾਂ ਕਿ ਸਾਡੀ ਇੰਪਰੂਵਮੈਂਟ ਵਧੇ। ਉਹਦੇ ਲਈ ਉਹਨਾਂ ਨੇ ਵੀ ਕਾਫੀ ਹਾਰਡ ਵਰਕ ਕੀਤੀ ਸਾਡੇ ਨਾਲ, ਐਕਸਟਰਾ ਕਲਾਸਿਸ ਲਿੱਤੀਆਂ, ਟਾਈਮ ਕਾਫੀ ਸਪੈਂਡ ਕੀਤਾ ਇਸ ਲਈ ਉਹਨਾਂ ਨੇ। ਇਹ ਵਾਲਾ ਸਕੂਲ ਕਿਉਂ ਚੁਣਿਆ ਤੁਸੀਂ? ਮੈਂ ਸਭ ਤੋਂ ਨੀਅਰੈਸਟ ਸੀਗਾ ਅਤੇ ਨਾਮ ਬੜਾ ਸੁਣਿਆ ਕਿ ਬੜਾ ਅੱਛਾ ਸਕੂਲ ਹੈਗਾ। ਮੈਮ ਆਪ ਜੀ ਨੂੰ ਕੀ ਫੈਸਿਲਿਟੀਆਂ ਦੇ ਰਹੇ? ਮੈਮ ਪੜ੍ਹਾਉਂਦੇ ਬੜਾ ਅੱਛਾ ਨੇ। ਕਿਵੇਂ ਲੱਗਿਆ ਫਿਰ ਤੁਹਾਡਾ ਇੱਥੇ ਐਡਮਿਸ਼ਨ ਕਰਵਾਉਣ ਤੋਂ ਬਾਅਦ ਆਪ ਜੀ ਨੂੰ? ਬਹੁਤ ਅੱਛਾ ਲੱਗਿਆ, ਪਹਿਲੇ ਸਕੂਲ ਤੋਂ ਜ਼ਿਆਦਾ ਅੱਛਾ। ਸਕੂਲ ਬਾਰੇ ਬਹੁਤ ਵਧੀਆ ਗੱਲਾਂ ਸੁਣੀਆਂ ਸੀ, ਅਤੇ ਇੱਧਰ ਟੀਚਰ ਵੀ ਹਾਰਡ ਵਰਕਿੰਗ ਨੇ, ਅਤੇ ਮੇਰੇ ਕਜ਼ਨਸ ਵੀ ਇੱਧਰ ਪੜ੍ਹੇ ਹੋਏ ਨੇ, ਉਹਨਾਂ ਨੇ ਦੱਸਿਆ ਸੀ ਸਕੂਲ ਵਧੀਆ ਇੱਧਰ ਐਡਮਿਸ਼ਨ ਲਓ। ਅਤੇ ਟੀਚਰਸ ਕਿੰਨਾ ਸਪੋਰਟ ਕਰਦੇ ਆ ਤੁਹਾਨੂੰ? ਟੀਚਰਸ ਬਹੁਤ ਸਪੋਰਟ ਕਰਦੇ ਨੇ, ਬਹੁਤ ਸਪੋਰਟ ਕਰਦੇ ਨੇ ਬਹੁਤ। ਕੋਈ ਡਾਊਟ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹਾਂ, ਮਤਲਬ ਕਿਸੇ ਚੀਜ਼ ਨੂੰ ਮਨਾ ਨਹੀਂ ਕਰਦੇ, ਅਤੇ ਉਹ ਆਪਣੇ ਆਪ ਇੰਪੋਰਟੈਂਟ ਕੁਐਸਚਨ ਵੀ ਦੱਸਦੇ ਨੇ, ਅਤੇ ਹੈਲਪ ਕਰਦੇ ਨੇ ਬਹੁਤ ਸਾਰੀ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਆਏ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਦੀ ਬ੍ਰਾਂਚ ਵਿੱਚ। ਸਾਡੇ ਨਾਲ ਹੈਗੇ ਨੇ ਕੈਮਿਸਟਰੀ ਦੇ ਟੀਚਰ, ਅਤੇ ਅਸੀਂ ਜਾਣਾਂਗੇ ਉਹਨਾਂ ਤੋਂ ਕਿ ਉਹਨਾਂ ਦਾ ਬੈਕਗਰਾਉਂਡ ਕੀ ਹੈ ਔਰ ਕਿਸ ਤਰੀਕੇ ਨਾਲ ਬੱਚਿਆਂ ਨੂੰ ਕੈਮਿਸਟਰੀ ਦਾ ਸਬਜੈਕਟ ਕਰਵਾ ਰਹੇ ਹੈਗੇ ਨੇ ਔਰ ਕਿਹੜੀ ਕਿਹੜੀ ਕਲਾਸ ਨੂੰ ਕਰਵਾਉਂਦੇ ਗੇ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਆਪ ਜੀ ਦਾ? ਜਸਬੀਰ ਸਿੰਘ। ਜਸਬੀਰ ਸਰ ਜੀ, ਆਪ ਜੀ ਦਾ ਕੀ ਬੈਕਗਰਾਉਂਡ ਹੈ? ਮੈਮ ਮੈਂ 1988 ਦਾ IIT ਗ੍ਰੈਜੂਏਟ ਹੈਗਾ, ਅਤੇ ਡਬਲ ਮਾਸਟਰਸ ਇਨ ਕੈਮੀਕਲ ਟੈਕਨੋਲੋਜੀ, ਅਤੇ ਉਸ ਤੋਂ ਬਾਅਦ ਮੇਰਾ ਇੰਡਸਟਰੀਅਲ ਐਕਸਪੀਰੀਅੰਸ ਵੀ ਰਿਹਾ ਬਹੁਤ ਸਾਰਾ, ਅਤੇ 20-25 ਸਾਲ ਦੇ ਕਰੀਬ ਇੰਡਸਟਰੀਅਲ ਐਕਸਪੀਰੀਅੰਸ ਰਿਹਾ ਜਿਹਦੇ 'ਤੇ ਇੰਡਸਟਰੀ 'ਚ ਮੈਨੂਫੈਕਚਰਿੰਗ ਇੰਡਸਟਰੀ 'ਚ ਕੰਮ ਕੀਤਾ। ਉਸ ਤੋਂ ਬਾਅਦ ਮੈਂ ਇਸ ਕਰੀਬ 7 ਤੋਂ 8 ਸਾਲ ਇਸ ਸਕੂਲ 'ਚ ਹੋ ਗਏ ਨੇ ਮੈਨੂੰ ਪੜ੍ਹਾਉਂਦਿਆਂ। 10th ਲੈਵਲ ਤੱਕ ਮੈਂ ਸਾਇੰਸ ਪੜ੍ਹਾਉਂਦਾ, ਅਤੇ 11th-12th ਨੂੰ ਮੈਂ ਕੈਮਿਸਟਰੀ, ਉਹਨਾਂ ਦਾ ਸਬਜੈਕਟ ਮੇਨ ਸਬਜੈਕਟ ਕੈਮਿਸਟਰੀ ਲੈਣਾ, ਅਤੇ ਜਿਹਦੇ 'ਚ ਉਹਨਾਂ ਨੂੰ ਪ੍ਰੈਕਟੀਕਲ ਬੇਸ ਥਿਊਰੀ ਔਰ ਸਾਰੀਆਂ ਚੀਜ਼ਾਂ ਔਰ ਐਕਸਪੈਰੀਮੈਂਟਲ ਜਿਹੜੇ ਵੈਲਿਊਸ਼ਨ ਸਾਰਾ ਕੀਤਾ ਜਾਂਦਾ, ਉਹਨੂੰ ਪ੍ਰੈਜੈਂਟੇਸ਼ਨ ਦਿੱਤੀਆਂ ਜਾਂਦੀਆਂ ਨੇ, ਉਹਨੂੰ ਔਨ ਹੈਂਡ ਐਕਸਪੀਰੀਅੰਸ ਦਿੱਤਾ ਜਾਂਦਾ ਇਸ ਸਕੂਲ ਦੇ ਅੰਦਰ, ਦੇ ਉਹਨਾਂ ਨੂੰ ਆਪਣੇ ਆਪ ਐਕਸਪੈਰੀਮੈਂਟ ਕਰਨ ਦੀ ਇੱਕ ਆਜ਼ਾਦੀ ਹੈਗੀ ਹੈ, ਉਹਨਾਂ ਨੂੰ ਸਿਖਾਇਆ ਜਾਂਦਾ ਹੈ। ਡਿਮੋਨਸਟ੍ਰੇਸ਼ਨ ਦੇਣ ਤੋਂ ਬਾਅਦ ਬੱਚੇ ਖੁਦ ਕਰਦੇ ਨੇ, ਅਤੇ ਉਹ ਬਹੁਤ ਜ਼ਿਆਦਾ ਇੰਜੋਏ ਕਰਦੇ ਨੇ। ਤੋ ਮੈਂ ਸਮਝਦਾ ਕਿ ਬੱਚੇ ਜਿਹੜੇ ਥੋੜ੍ਹਾ ਜਿਹਾ ਇੰਪਲਸ ਹੋਣਾ ਚਾਹੀਦਾ ਹੁੰਦਾ ਹੈ, ਅਤੇ ਉਹ ਇੰਪਲਸ ਅਸੀਂ ਦਿੰਦੇ ਹਾਂ, ਅਤੇ ਉਹਦੀ ਵਜ੍ਹਾ ਨਾਲ ਬੱਚੇ ਬਹੁਤ ਐਕਸਲੈਂਟ, ਪਿਛਲੇ ਕੁਛ ਸਾਲਾਂ 'ਚ ਵੀ ਬਹੁਤ ਅੱਛਾ ਡਿਸਟਿੰਕਸ਼ਨਸ ਵੀ ਲਈਆਂ ਨੇ ਕੈਮਿਸਟਰੀ 'ਚ ਬੱਚਿਆਂ ਨੇ, ਔਰ ਬਹੁਤ ਅੱਛਾ ਰਿਕਾਰਡ ਰਿਹਾ ਬੱਚਿਆਂ ਦਾ। ਉਸ ਤੋਂ ਬਾਅਦ ਇੱਕ ਕਈ ਵਾਰ ਅਸੀਂ ਸਾਇੰਸ ਫੇਅਰਸ ਵੀ ਬੱਚਿਆਂ ਨੇ ਲਵਾਏ ਨੇ, ਬੱਚਿਆਂ ਨੇ ਸਾਇੰਸ ਫੇਅਰਸ ਬਹੁਤ ਅੱਛਾ
बहुत अच्छा इनिशिएटिव लिया है। सानू एक गल मैं समझ आई है कि बच्चे नू थोड़ा जहा आज़ादी दी है तो उन्होंने बहुत वंडरफुल परफॉर्मेंस की है। इट वॉज़ ए सक्सैसफुल इवेंट इन माई स्कूल इन लास्ट 3 ईयर्स। एक साइंस फेयर एग्जीबिशन लगाई से अपने स्कूल के अंदर ही, तो इट वॉज़ ए वंडरफुल एक्सपीरियंस फॉर मी। और मैं लगता है कि मैं बच्चों के नाल रह के बहुत खुश हूँ। आई लिव ए लाइफ ओवर हीयर इन द स्कूल। गॉड ब्लेस ऑल माई चिल्ड्रन। मैम सत श्री अकाल सर। सत श्री अकाल मैम। आप जी का नाम सर? अमित पराशर। अमित जी, आपका बैकग्राउंड क्या है? मैम एक्चुअली मैंने MSc इन बॉटनी करी हुई है, साथ में फिर बैचलर इन एजुकेशन का करा हुआ है कंप्लीट प्रोग्राम, टीचिंग प्रोग्राम है हमारा। और उसके बाद 2017 में यहाँ पे ज्वाइन किया था। आपकी डेजिग्नेशन क्या है? PGT बायोलॉजी। तो सर आप बच्चों कौन कौन सी क्लास के बच्चों को आप बायो का करवाते हैं, सब्जेक्ट पढ़ाते हैं? मैम यहाँ पे हम बायोलॉजी पढ़ाते हैं 11th और 12th क्लास तक के बच्चों को, और साइंस पढ़ाते हैं 9th-10th के बच्चों को। सर क्या क्या फैसिलिटी देते हैं आप लैब में? लैब में मैम सारी फैसिलिटीज़ होती है जो अभी एज़ पर द CBSE के रिकॉर्ड के हिसाब से हैं। सारी चीज़ें हमारे पास अवेलेबल है, स्पेसिमेंस है, सब कुछ हमारे पास हैं। स्केल्टन हो गया, या फिर हमारे पास कोई जैसे आपके जो माइक्रोस्कोप होते हैं, कंपाउंड माइक्रोस्कोप, इंक्यूबेटर, बहुत सारी चीज़ें मतलब। और इनफैक्ट हम उनको एनिमेशन चीज़ें भी दिखाते ताकि उनका जो 3D कॉन्सेप्ट है उनका अच्छे से समझ में आ जाए उन बच्चों को, बायोलॉजी के रिगार्डिंग जो उनके इंटरनल स्ट्रक्चर्स होते हैं। सत श्री अकाल जी। हुण असीं आए हैगे आ म्यूजिक रूम दे विच, आओ मिलदे हैगे आ म्यूजिक दी मैम नूं। सत श्री अकाल मैम। सत श्री अकाल। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। मैम आप जी दा नाम? जसप्रीत कौर। जसप्रीत मैम, आप दा बैकग्राउंड की हैगा? कीर्तन मेरा म्यूजिक हैगा बैकग्राउंड, और मैं म्यूजिक सिखानी इत्थे बच्चां नूं। किन्ने टाइम तो मैम तुसीं स्कूले? 8 months हो गए मैम। मैम तुसी बच्चों नूं किस तरीके नाल और केड़ी केड़ी क्लास नूं म्यूजिक सिखाते हैगे हो? मैम साडे कोल प्री नर्सरी टू लैके 12th तक दे बच्चे असी म्यूजिक सिखाने हैगे बच्चों नूं। मैम की फैसिलिटियाँ दित्तियां जा रही हैं म्यूजिक दे विच बच्चों? मैम बच्चों नूं हारमोनीयम प्ले करना, तबला, तानपुरा, सितार, दिलरुबा, जो बच्चों नूं रिक्वायरमेंट होंदी है वो भी आप इनकलूड कर दें विच। सत श्री अकाल मैम। सत श्री अकाल जी। मैम आप जी का नाम? मनप्रीत कौर। मनप्रीत मैम तुसी की बच्चों नूं सिखांदे हैगे इत्थे? मैं इत्थे तबला सिखा रही हूँ बच्चों नूं, इंस्ट्रूमेंटल। आप जी दा की बैकग्राउंड हैगा? मैं इस फील्ड विच मैं तकरीबन 10 ईयर्स तो हैगी हाँ, 10 साल दे विचों मैं बच्चों नूं सिखांदी रही हूँ म्यूजिक भी, तबला भी, जो भी वोकल विच या फिर जो भी इंस्ट्रूमेंटल हैगा वह सब असीं सब सिखांदे रहे हैं। थैंक यू मैम, बहुत वधिया लग्गिया अज म्यूजिक टीचर्स नूं मिल के कि बच्चों नूं स्कूल दे विच किन्ना कुछ सिखाया जा रहा हैगा और किन्ने किन्ने उपराले किए जा रहे हैं बच्चों वास्ते। सत श्री अकाल मैम। सत श्री अकाल मैम। आप जी का नाम? मैम मनप्रीत कौर। मैम आप इत्थे की हैगे हो? मैं एज ए लाइब्रेरियन कम कर रही हूँ मैम। मैम आप जी का बैकग्राउंड की है? मैम मैं पहले इधरों कमल पब्लिक स्कूल हैगा उधर कम कर रही सी, कॉन्वेंट स्कूल, तो उत्थों जी फिर मैं इधर 2011 में ज्वाइन किया सी, उस तो बाद मैं रेगुलर इधर ही काम कर रही हूँ। तो उस और जो कोविड फिर थोड़ा जहा गैप आया सी उस तो बाद फिर मैं ज्वाइन किया है दोबारा तो। मैम लाइब्रेरी से तुसी किस तरीके की बुक वगैरह प्रोवाइड कर दे गए हो, कुछ दसोगे?
हाँ जी मैम, असी बेसिकली जो छोटे बच्चे हैगे जो प्राइमरी दे उन्होंने स्टोरी बुक्स प्रोवाइड करीदा, उन्होंने रीडिंग वास्ते देईदा, और जिहड़े बच्चे वड्डे हैगे ने उन्होंने रेफरेंस बुक्स जिहड़ियां कि उन्होंने सब्जेक्ट टू रिलेटिड है, जिवें कॉमर्स के बच्चे है तो उन्होंने इकनोमिक्स या जो नहीं अफोर्ड कर सकते उन्होंने दे देईदा, इशू कर देईदा 1 वीक वास्ते। फिर उस तो बाद फिर उन्होंने को 1 वीक तो बाद अगर वो रीइशू करवाना चाहन और किसी बच्चे की डिमांड नहीं है तो फिर उन्होंने दोबारा रीइशू कर देईदा। मैम सब्जेक्ट के अलावा भी तुसी बच्चों नू बुक्स अदर बुक्स भी प्रोवाइड करते हो, और किस तरीके दी हैं वो? हाँ जी मैम, असी बच्चों के जो है इंटरस्ट तो रिलेटिड जो भी वो बुक्स चाहन, एनसाइक्लोपीडिया साढ़े कोल हैगिया ने, काफ़ी सारी डिवनिटी दी बुक्स हैगिया ने, कई बच्चे डिवनिटी दी बुक्स या जिवें पंजाबी पोएट्री और प्ले, जिवें हिंदी दी भी काफ़ी बुक्स हैगिया ने साढ़े कोल, ते जिहड़े बच्चों का इंटरस्ट है जिस च भी वो इंटरस्ट जो चाहते ने वो वाली इशू कर देईदा उन्होंने। मैम अदर की फैसिलिटियाँ दे रहे हो बच्चों को? मैम बेसिकली अजे तो फिलहाल मैम उन्होंने बुक्स ही इशू करीदा, और कुछ कई बार जिमें इतने काफ़ी बच्चों जे नहीं अफोर्ड कर सकते बुक सैट्स, तो फिर वो दूजे बच्चे जोड़े पास आउट हो जाते फिर उन्होंने बुक्स लैके फिर अगे जे बच्चे नहीं अफोर्ड कर सकते उन्होंने दे देईद, यह भी असी कर देईद, क्योंकि इतने बेसिकली जे तिलक विहार के बच्चे है वो नहीं अफोर्ड कर सकते, फिर उन्होंने असी बुक्स भी प्रोवाइड कर देईद। ਸਤਿਕਾਲ ਜੀ, ਸਤਿ ਸ਼੍ਰੀ ਅਕਾਲ। ਆਪ ਜੀ ਦਾ ਨਾਮ ਕੀ ਹੈ ਮੈਮ? ਪਰਮਿੰਦਰ ਕੌਰ। ਪਰਮਿੰਦਰ ਮੈਮ, ਆਪ ਜੀ ਦਾ ਬੈਕਗ੍ਰਾਊਂਡ ਕੀ ਹੈ? ਮੈਂ ਸ਼ੁਰੂ ਤੋਂ ਹੀ ਕੰਪਿਊਟਰ ਦੀ ਟੀਚਰ ਰਹੀ ਹਾਂ, ਔਰ ਮੈਨੂੰ ਲਗਭਗ 18 ਸਾਲ ਹੋ ਗਏ ਨੇ GHPS ਦੇ ਵਿੱਚ ਹੀ ਕੰਪਿਊਟਰ ਸਿਖਾਉਂਦੇ ਹੋਏ, ਔਰ ਮੈਂ ਪ੍ਰੋਫੈਸ਼ਨਲੀ ਕਹੋ ਤਾਂ ਮੈਂ ਕੁਆਲੀਫਾਈਡ, ਮੈਂ MCA ਕੀਤਾ ਹੋਇਆ, BEd ਹੈਗੀ ਹਾਂ। ਕੀ ਡੈਡੀਨੇਸ਼ਨ ਆਪ ਜੀ ਦੀ? ਮੇਰੀ TGT ਹੈਗੀ ਹੈ। ਹਾਂਜੀ। ਕਿੰਨੇ ਸਾਲ ਹੋ ਗਏ ਆਪ ਜੀ ਨੂੰ ਇੱਥੇ? मैं तुम दस रही हूँ, मैं GHPS 18 साल हो गए ने। हाँ जी। जिस तरह तुम बहुत पुराने टीचर रहे हो इत्थे, ते आप जी नू पहले और हुण दे विच की चेंजेस मिले है स्कूल दे विच? पहले इन द टर्म्स मैं कहूँगी कि कोविड दे विच ज़्यादा मैं लगे कि बच्चों का जो बेस है वह बहुत उन्होंने नुकसान होया बच्चों, क्योंकि उन्होंने ऑनलाइन पढ़न की जी आदत हो गई है, वो बच्चे हूँ अगे पढ़न उन्होंने थोड़ी प्रॉब्लम लगती है, लिखना करना वो उन्होंने पसंद नहीं है। ठीक है, तो बाकी पहले वाले बच्चे तो तुम्हें पता ही है ज़्यादा हार्डवर्किंग होंगे, अजकल ए कोविड करके ज़्यादा बच्चों का नुकसान ज़्यादा होया है। तो कोविड तो आफ्टर और बिफोर की रिजल्ट रहा बच्चों का, उन्होंने की स्ट्रगल रहा बच्चों का, और परसेंटेज से की फर्क पे? तुम पुछोगे बच्चों तो अब बच्चे हाले भी कहेंगे कि सानू ऑनलाइन ज़्यादा पसंद है, क्योंकि वो अपनी कंफर्ट जोन के बच्चा पढ़ सकता है, लेकिन वो बच्चे लर्निंग जी है ना वो नहीं अचीव हो पाती है, जो बच्चा एक क्लासरूम के सैटअप में आके जो चीज़ा सीखता है, ना ही सिर्फ पढ़ाई नहीं सीखता बच्चा स्कूल आके, उस तो अलावा बहुत सारी चीज़ा जड़िया उन्होंने एज अ ग्रुप जो बैठता है बहुत सारिया चीज़ा उन्होंने मॉरल वैल्यूज़ भी बड़ी सारिया जो मिलती ने क्लास के आके, डिसिपलिन जोड़ा वो बच्चा घर नहीं सीख सकता, तो वो वास्ते उन्होंने स्कूल ही आना पेगा, होर कितने डिसिप्लिन नहीं सिखाया जाता, घर में असं कर लाँगे बच्चा सख्ती नहीं सुनता है, लेकिन क्लास के रूल्स नू रेगुलेशन नू फॉलो करना ही पैंदा। कंप्यूटर के रिकॉर्डिंग बच्चे नू की सिखाते हो तुसी? कंप्यूटर के मैम डिजाइनिंग हो गया या प्रोग्रामिंग लैंगुएजेस हो गया, हर तरीके की लैंगुएजेस, जिवें असी मिडल सैगमेंट को तो असं उन्होंने HTML वगैरह कराने, पाइथन भी हूँ तो इंट्रोड्यूस हो चुकी है, 11th 12th के इलेवेंथ पाइथन है, MySQL ये सारी लैंगुएजेस है, छोटी क्लासेस दे विच ज़्यादा डिजाइनिंग वगैरह जिवें पेंट ब्रश वगैरह बच्चे सीखते हैं, या MS ऑफिस हो गया वो सारी चीज़ा सीखते हैं। मैम की फैसिलिटियाँ दी जा रही हैं स्कूल बच्चों को? स्कूल दे विच हर तरीके की फैसिलिटी है, अच्छे एजुकेशन के नाल नाल अच्छा एजुकेटेड क्वालिफाइड स्टाफ है,
ਹਰ ਤਰੀਕੇ ਦੀ ਜਿਵੇਂ ਕੰਪਿਊਟਰ ਲੈਬ ਤੁਸੀਂ ਦੇਖ ਹੀ ਰਹੇ ਹੋ, ਸਾਰੇ ਫੈਸਿਲਿਟੀ, ਸਾਰੇ ਕੰਪਿਊਟਰਸ, ਇੰਟਰਨੈਟ ਕਨੈਕਟੀਵਿਟੀ ਨਾਲ ਹੈ, ਠੀਕ ਹੈ। ਔਰ ਬਾਕੀ ਸਪੋਰਟਸ ਐਕਟੀਵਿਟੀਜ਼ ਹਰ ਜਗ੍ਹਾ ਅੱਛੇ ਲੈਵਲ 'ਤੇ ਬੱਚਿਆਂ ਨੂੰ ਕੰਪੀਟੀਸ਼ਨ, ਈਵਨ ਕਿ ਸਕੂਲ ਦਾ ਇੰਟਰਨੈਟ ਜਿਹੜਾ ਇੰਟਰਨੈਸ਼ਨਲ ਐਕਸਪੋਜ਼ਰ ਵੀ ਕਾਫੀ ਹੈ। ਤੁਸੀਂ ਦੇਖੋਗੇ ਸਾਡਾ ਸਕੂਲ ਇੰਟਰਨੈਸ਼ਨਲੀ ਵੀ ਬਹੁਤ ਸਾਰੇ ਇਵੈਂਟਸ 'ਚ ਪ੍ਰਿੰਸੀਪਲ ਮੈਮ ਦੀ ਗਾਈਡੈਂਸ ਦੇ ਅੰਡਰ ਅਸੀਂ ਲੋਕ ਪਾਰਟੀਸਿਪੇਟ ਕਰ ਰਹੇ ਹਾਂ। ਹਾਂਜੀ, ਆਪ ਜੀ ਦਾ ਨਾਮ? ਕਵਲਜੀਤ ਕੌਰ। ਕੁਆਲੀਫਿਕੇਸ਼ਨ ਕੀ ਮੈਮ? ਹਾਂਜੀ, ਮੈਂ ਬੀ ਏ ਬੀ ਐਡ ਹੈਗੀ ਹਾਂ ਜੀ, ਨਰਸਰੀ ਟ੍ਰੇਨਡ ਵੀ ਹਾਂ। ਬੈਕਗਰਾਊਂਡ ਕੀ ਹੈ ਮੈਮ? ਬੈਕਗਰਾਊਂਡ ਮੈਂ ਪ੍ਰਾਇਮਰੀ ਟੀਚਰ, ਇਸ ਸਕੂਲ ਤੋਂ ਮੇਰਾ ਸਕੂਲ ਮੈਂ ਫਾਊਂਡਰ ਟੀਚਰ ਹੈਗੀ ਹਾਂ ਇੱਥੇ। ਕਿੰਨੇ ਟਾਈਮ ਤੋਂ ਮੈਮ ਤੁਸੀਂ ਇੱਥੇ? ਲਾਸਟ 26 ਈਅਰਸ ਮੈਮ। ਜਿਸ ਤਰ੍ਹਾਂ ਤੁਸੀਂ ਬਹੁਤ ਪੁਰਾਣੇ ਟੀਚਰ ਹੋ, ਅਤੇ ਮੈਮ ਜਾਣਨਾ ਚਾਹਾਂਗੀ ਤੁਹਾਡੇ ਕੋਲ ਕਿ ਆਫਟਰ ਕੋਵਿਡ ਔਰ ਬਿਫੋਰ ਕੋਵਿਡ ਬੱਚਿਆਂ ਦਾ ਕੀ ਰਿਜ਼ਲਟ ਰਿਹਾ ਔਰ ਪ੍ਰਸੈਂਟੇਜ 'ਤੇ ਕੀ ਫਰਕ ਪਿਆ ਬੱਚਿਆਂ ਦੇ, ਬੱਚਿਆਂ ਦਾ ਕੀ ਸਟਰਗਲ ਰਿਹਾ? ਹਾਂਜੀ, ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਸਟਰਗਲ 'ਚ ਰਹੇ ਬੱਚੇ, ਜੋ ਵੀ ਪਹਿਲੇ ਜੋ ਬੱਚਿਆਂ ਦਾ ਹੈਗਾ ਸੀ 2 ਸਾਲ ਦੇ ਡਿਊਰੇਸ਼ਨ ਦੇ ਅੰਦਰ, ਬੱਚਿਆਂ ਦੀ ਰੀਡਿੰਗ ਵਿੱਚ, ਰਾਈਟਿੰਗ ਵਿੱਚ, ਹਰ ਚੀਜ਼ ਨਾਲ ਸਫ਼ਰ ਕੀਤਾ ਬੱਚਿਆਂ ਨੇ, ਲੇਕਿਨ ਹੁਣ ਵਾਪਸ ਆ ਕੇ ਹੁਣ ਆਪਣੀ ਸਟੇਜ 'ਤੇ ਵਾਪਸ ਉਹ ਕਵਰ ਕਰ ਰਹੇ ਨੇ। ਬੱਚਿਆਂ ਨੂੰ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ? ਬੱਚਿਆਂ ਨੂੰ ਹਰ ਤਰ੍ਹਾਂ ਦੀ ਸਕੂਲ ਵਿੱਚ ਗੇਮ ਸਾਰੀਆਂ, ਹਮਾਰੀ ਕੋ ਕਰਕੂਲਰ ਐਕਟੀਵਿਟੀਜ਼ ਸਾਡੀਆਂ ਬਹੁਤ ਜ਼ਿਆਦਾ ਹੈਗੀਆਂ ਨੇ, ਜਿਸ 'ਚ ਬੱਚੇ ਗੇਮਸ ਹੈ ਸਾਡਾ, ਜੂਡੋ ਹੈ ਔਰ ਸਕਿਪਿੰਗ ਹੈ, ਬੱਚਿਆਂ ਨੂੰ ਅਲੱਗ ਅਲੱਗ ਫੋਰਮ ਵਿੱਚ ਡਰਾਇੰਗ ਆਰਟ ਸਿਖਾਇਆ ਜਾਂਦਾ ਹੈ ਔਰ ਬੱਚਿਆਂ ਨੂੰ ਪਲੇਵੇ ਮੈਥਡ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਆਪ ਜੀ ਦਾ ਨਾਮ? ਮੇਰਾ ਨਾਮ ਸ਼ਾਂਤਾ ਤਲਵਾਰ। ਸ਼ਾਂਤਾ ਮੈਮ, ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਮੈਂ MSc ਕੀਤੀ ਹੋਈ ਹੈ, MSc BEd। ਡੈਜੀਨੇਸ਼ਨ ਕੀ ਹੈ ਆਪ ਜੀ ਦੀ? TGT। ਕਿੰਨੇ ਟਾਈਮ ਤੋਂ ਮੈਮ ਤੁਸੀਂ ਇਸ ਸਕੂਲ 'ਚ? ਇਸ ਸਕੂਲ ਵਿੱਚ ਮੈਂ ਹੋ ਗਏ ਮੈਨੂੰ 23 ਸਾਲ, ਵੈਸੇ ਮੈਨੂੰ ਹੋ ਗਏ 32 ਈਅਰਸ, ਪਹਿਲਾਂ ਮੈਂ ਕਰੋਲ ਬਾਗ ਬ੍ਰਾਂਚ 'ਚ ਹੈਗੀ ਸੀ। ਮੈਮ ਆਪ ਜੀ ਕਿਹੜੇ ਕਿਹੜੇ ਸਬਜੈਕਟ ਪੜ੍ਹਾਉਂਦੇ ਹੋ ਬੱਚਿਆਂ ਨੂੰ? ਮੇਰੇ ਕੋਲ ਟੋਟਲੀ ਮੈਥਸ ਹੈਗੀ ਬੱਚਿਆਂ ਦੀ। ਅਤੇ ਮੈਮ ਆਪ ਕਿਹੜੀ ਕਿਹੜੀ ਕਲਾਸ ਨੂੰ ਪੜ੍ਹਾਉਂਦੇ ਹੈਗੇ? ਮੈਂ 6th, 7th, 8th ਔਰ 10th ਕਲਾਸ ਨੂੰ ਪੜ੍ਹਾਉਂਦੀ ਹਾਂ। ਕੀ ਫੈਸਿਲਿਟੀਆਂ ਦਿੰਦੇ ਹੋ ਬੱਚਿਆਂ ਨੂੰ? ਬੱਚਿਆਂ ਨੂੰ ਅਸੀਂ ਮੈਥਸ ਦੇ ਵਿੱਚ ਜਿਵੇਂ ਆਰਟ ਇੰਟੀਗ੍ਰੇਸ਼ਨ ਸਾਡਾ ਅੱਜ ਕੱਲ੍ਹ ਚੱਲ ਰਿਹਾ, ਆਰਟ ਇੰਟੀਗ੍ਰੇਸ਼ਨ ਵਿੱਚ ਅਸੀਂ ਬੱਚਿਆਂ ਕੋਲੋਂ ਆਰਟ ਦੇ ਥਰੂ ਬੱਚਿਆਂ ਨੂੰ ਕਿਵੇਂ ਮੈਥਸ ਕਰਾਈ ਜਾਂਦੀ ਹੈ ਉਹ ਸਿਖਾਉਂਦੇ ਹਾਂ। ਆਪ ਜੀ ਦਾ ਨਾਮ? ਸਿਮਰਨ ਕੌਰ। ਮੈਮ ਆਪ ਜੀ ਦਾ ਬੈਕਗਰਾਊਂਡ? ਮੈਮ ਆਈ ਐਮ MA ਇਨ ਇਕਨੋਮਿਕਸ, MA BEd, ਔਰ ਮੈਂ ਇਸ ਸਕੂਲ 'ਚ 2006 ਤੋਂ ਹੈਗੀ ਹਾਂ ਅਪੁਆਇੰਟਡ। ਆਈ ਐਮ ਟੀਚਿੰਗ ਕਲਾਸਿਸ 10th ਔਨਵਰਡ, ਕਦੀ ਕਦੀ 9th ਵੀ ਮਿਲ ਜਾਂਦੀ ਹੈ, 10th ਸੋਸ਼ਲ ਸਾਇੰਸ ਐਂਡ 11th ਐਂਡ 12th ਆਈ ਟੀਚ ਇਕਨੋਮਿਕਸ। ਮੈਮ ਆਪ ਜੀ ਦੀ ਡੈਜੀਨੇਸ਼ਨ ਕੀ ਹੈ? ਮੇਰੀ TGT। ਕਿੰਨੇ ਸਾਲ ਤੋਂ ਤੁਸੀਂ ਇੱਥੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਇਸੇ ਸਕੂਲ ਦੇ ਵਿੱਚ? ਮੈਮ ਇਸ ਸਕੂਲ 'ਚ ਮੈਂ 2006 ਤੋਂ ਹਾਂ, 16 ਈਅਰਸ ਹੋ ਗਏ। ਮਤਲਬ ਕਿਹੜਾ ਸਬਜੈਕਟ ਪੜ੍ਹਾਉਂਦੇ ਹੋ ਮੈਮ ਬੱਚਿਆਂ ਨੂੰ? ਮੈਂ ਇਕਨੋਮਿਕਸ ਪੜ੍ਹਾ ਰਹੀ ਹਾਂ 12th 11th ਨੂੰ ਔਰ ਸੋਸ਼ਲ ਸਾਇੰਸ ਪੜ੍ਹਾ ਰਹੀ ਹਾਂ 10th ਨੂੰ। ਕੀ ਫੈਸਿਲਿਟੀਆਂ ਦੇ ਰਹੇ ਹੋ ਸਕੂਲ ਦੇ ਵਿੱਚ ਬੱਚਿਆਂ ਨੂੰ ਮੈਮ? ਸਾਡੇ ਸਕੂਲ ਸਭ ਤੋਂ ਪਹਿਲੇ ਤਾਂ ਕੰਪਿਊਟਰ ਲੈਬਸ ਆਰ ਵੈਲ ਇਕਵਿਪਡ, ਉਸ ਤੋਂ ਬਾਅਦ ਸਪੋਰਟਸ ਦੀ ਪੂਰੀ ਫੈਸਿਲਿਟੀਜ਼ ਹੈ, ਔਰ ਜਦੋਂ ਕੋਈ ਮਤਲਬ ਮੌਕਾ ਮਿਲਦਾ ਸਾਨੂੰ ਤਾਂ ਕੋਚਿਸ ਵੀ ਸਾਡੇ ਆਉਂਦੇ ਆ, ਸਾਡੇ ਆਪਣੇ ਮਨਵਿੰਦਰ ਮੈਮ ਹੈਗੇ ਨੇ, ਔਰ ਇਸ ਦੇ ਇਲਾਵਾ ਮਿਊਜ਼ਿਕ ਵਿੱਚ ਵੀ ਸਾਡਾ ਕਾਫੀ ਸਾਡੇ ਪ੍ਰਾਈਜ਼ ਆਉਂਦੇ ਨੇ, ਜਸਪ੍ਰੀਤ ਮੈਮ, ਮਨਪ੍ਰੀਤ ਮੈਮ ਲੱਗੇ ਹੋਏ ਨੇ, ਮਿਊਜ਼ਿਕ ਵਿੱਚ ਵੀ ਹੈ, ਅਦਰਵਾਈਜ਼ ਐਵਰੀ ਟੀਚਰ ਇਜ਼ ਆਰਟ ਇੰਟੀਗ੍ਰੇਟਿਡ ਅਸੀਂ ਕਰਵਾਉਂਦੇ ਹਾਂ ਜਾਂ ਕੁਛ ਵੀ ਹੈ, ਅਤੇ ਬੱਚੇ ਸੈਟਿਸਫਾਈਡ ਨੇ।